ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਇਸ ਵੇਲੇ ਤੁਸੀਂ ਦੇਖ ਰਹੇ ਹੋ, ਅਸੀਂ ਨਿਊਯਾਰਕ USA ਦੇ ਨਿਊਯਾਰਕ 'ਚ ਦੇ ਸਟੂਡੀਓ ਤੋਂ ਆਪ ਜੀ ਦੇ ਨਾਲ ਰੂਬਰੂ ਹੋ ਰਹੇ ਹਾਂ। ਜਿਵੇਂ ਆਪਾਂ ਸਾਰੇ ਖਾਸ ਕਰਕੇ ਸਿੱਖ ਕੌਮ ਭਲੀ ਭਾਂਤ ਜਾਣੂ ਹੈ ਕਿ ਸਿੱਖ ਕੌਮ ਦੇ ਵਿੱਚ ਸਮੇਂ ਸਮੇਂ ਦੇ ਨਾਲ ਕੁਛ ਪ੍ਰਚਾਰਕਾਂ 'ਤੇ ਜਾਂ ਕੁਛ ਲੋਕਾਂ 'ਤੇ ਕਈ ਤਰ੍ਹਾਂ ਦੇ ਗੱਲਾਂ, ਕਈ ਤਰ੍ਹਾਂ ਦੇ ਦੋਸ਼ ਲੱਗਦੇ ਆਏ ਨੇ, ਭਾਵੇਂ ਉਹ ਸੱਚ ਨੇ ਜਾਂ ਝੂਠ ਨੇ। ਕਈ ਤਰ੍ਹਾਂ ਦੀਆਂ ਉਂਗਲੀਆਂ ਉੱਠਦੀਆਂ ਆਈਆਂ ਨੇ, ਭਾਵੇਂ ਉਹ ਬਾਅਦ ਵਿੱਚ ਬੰਦ ਹੋ ਜਾਂਦੀਆਂ ਸੀ। ਇਹ ਬਹੁਤ ਪੁਰਾਣੀ ਰੀਤ ਹੈ ਇਹ ਜੋ ਹੋ ਰਿਹਾ ਹੈ। ਅੱਜ ਜੋ ਅਸੀਂ ਵਿਸ਼ਾ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ, ਉਹ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਉਹਨਾਂ ਦੇ ਹੀ ਇੱਕ ਸੇਵਾਦਾਰ ਜੋ ਉੱਥੇ ਕੁਛ ਸਮੇਂ ਤੋਂ ਰਹਿ ਰਿਹਾ ਸੀ, ਅਤੇ ਉਹਨੇ ਕੁਛ ਉਹਨਾਂ ਦੇ ਉੱਪਰ ਦੋਸ਼ ਲਾਏ ਨੇ, ਅਤੇ ਉਹ ਵੀ ਅਸੀਂ ਸੁਣੇ ਨੇ। ਉਸ ਤੋਂ ਬਾਅਦ ਬਾਬਾ ਰਣਜੀਤ ਸਿੰਘ ਦੀ ਜੋ ਮੂਵੀ ਉਹਨਾਂ ਨੇ ਭੇਜੀ ਹੈ ਉਹ ਵੀ ਸਾਹਮਣੇ ਆਈ ਹੈ, ਅਤੇ ਪ੍ਰਦੇਸ਼ ਨਿਊਜ਼ ਦਾ ਹਮੇਸ਼ਾ ਇੱਕ ਉਪਰਾਲਾ ਰਿਹਾ ਹੈ ਕਿ ਦੋਵਾਂ ਪੱਖਾਂ ਨੂੰ ਸੁਣ ਕੇ ਲੋਕਾਂ ਦੀ ਕਚਹਿਰੀ 'ਚ ਲਿਆਂਦਾ ਜਾਵੇ, ਤਾਂ ਕਿ ਸਿੱਖ ਸੰਗਤ ਨੂੰ, ਸਾਧ ਸੰਗਤ ਨੂੰ, ਦੁਨੀਆਂ ਨੂੰ ਸੱਚ ਤੋਂ ਜਾਣੂ ਕਰਵਾਇਆ ਜਾ ਸਕੇ ਕਿ ਸੱਚ ਕੀ ਹੈ, ਝੂਠ ਕੀ ਹੈ। ਦੋਸਤੋ, ਕਿਸੇ 'ਤੇ ਉਂਗਲੀ ਚੱਕ ਦੇਣੀ ਬਹੁਤ ਸੌਖੀ ਹੈ, ਦੋਸ਼ਾਂ ਨੂੰ ਸਾਹਮਣੇ ਲਿਆਉਣਾ ਬਹੁਤ ਮੁਸ਼ਕਲ ਹੈ। ਇਸੇ ਤਰ੍ਹਾਂ ਕਈ ਪ੍ਰਚਾਰਕਾਂ ਨੇ ਬਹੁਤ ਧੱਕਾ ਕੀਤਾ, ਉਹਨਾਂ ਨਾਲ ਵੀ ਸਹਿਮਤੀ ਹੋਣੀ ਜ਼ਰੂਰੀ ਹੈ, ਪਰ ਅਸੀਂ ਆਪਣਾ ਫਰਜ਼ ਸਮਝਦੇ ਹੋਏ ਕਿ ਸਾਨੂੰ ਦੋਨਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਤੁਹਾਡੀ ਕਚਹਿਰੀ 'ਚ ਆਉਣਾ ਅਸੀਂ ਆਪਣਾ ਫਰਜ਼ ਸਮਝਦੇ ਹਾਂ। ਕਿਉਂ? ਤੁਸੀਂ ਕੌਮ ਦੀ, ਪੰਥ ਦੀ ਸੇਵਾ ਤਾਂ ਹੀ ਕਰ ਸਕਦੇ ਹੋ ਜੇ ਤੁਸੀਂ ਲੋਕਾਂ ਦੇ ਅੱਗੇ ਸੱਚ ਨੂੰ ਲਿਆ ਕੇ ਰੱਖ ਸਕੋ। ਜੇ ਅਸੀਂ ਇੱਕ ਪਾਸਾ ਦੇਖ ਕੇ ਕੋਈ ਫੈਸਲਾ ਲੈਂਦੇ ਹਾਂ ਤਾਂ ਉਹ ਮੀਡੀਆ ਵਾਸਤੇ ਇੱਕ ਮਨੁੱਖ ਦੇ ਇਖਲਾਕੀ ਤੌਰ 'ਤੇ ਬਹੁਤ ਹੀ ਮਾੜੀ ਗੱਲ ਹੁੰਦੀ ਹੈ। ਸਾਨੂੰ ਸਾਰਿਆਂ ਨੂੰ, ਮੈਂ ਭਾਵੇਂ ਇਹ ਮੁੱਦਾ ਹੋਵੇ ਭਾਵੇਂ ਕੋਈ ਹੋਰ ਵਿਸ਼ਾ ਹੋਵੇ, ਸਾਰੇ ਮੀਡੀਆ ਨੂੰ ਇਹੀ ਅਪੀਲ ਕਰੂੰਗਾ ਕਿ ਕਈ ਵਾਰ ਇੱਕ ਮੱਛੀ ਸਾਰੇ ਪਾਣੀ ਨੂੰ ਗੰਦਾ ਕਰ ਦਿੰਦੀ ਹੈ। ਮੇਰੇ ਵੀਰੋ, ਅਜਿਹਾ ਕੰਮ ਨਾ ਕਰੀਏ ਕਿ ਅਸੀਂ ਵੀ ਸਾਰੀ ਪੱਤਰਕਾਰੀ 'ਤੇ, ਸਾਰੇ ਇਲੈਕਟ੍ਰੋਨਿਕ ਮੀਡੀਆ 'ਤੇ ਕੋਈ ਇਹੋ ਜਿਹਾ ਦਾਗ ਲਾ ਦਈਏ ਤਾਂ ਕਿ ਅਸੀਂ ਉਹ ਜਿਹੜਾ ਹੈਗਾ ਦਾਗ ਮੁੜ ਕੇ ਸਾਫ਼ ਨਾ ਕਰ ਸਕੀਏ। ਅਤੇ ਸਾਡੇ ਨਾਲ ਇਸ ਵੇਲੇ ਲਾਈਨ 'ਤੇ ਇਸ ਚੀਜ਼ ਦੀ ਪੂਰੀ ਜਾਣਕਾਰੀ ਦੇਣ ਲਈ ਫੋਨ 'ਤੇ ਹਾਜ਼ਰ ਨੇ ਸੁਖਵਿੰਦਰ ਸਿੰਘ ਬੈਸ, ਜਿਹੜੇ ਕਿ ਸੁਖਵਿੰਦਰ ਸਿੰਘ ਜੋ ਲੜਕਾ ਹੈ ਭਲਵਾਨ ਜੀ ਨੂੰ ਕਹਿੰਦੇ ਨੇ, ਉਹਦੇ ਵਕੀਲ ਨੇ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਇਸ ਦੇ ਬਾਰੇ 'ਚ ਸਾਨੂੰ ਕੁਛ ਡਿਟੇਲ ਦੱਸਣ, ਜਾਂ ਜੋ ਕੁਛ ਸਾਡੇ ਕੋਲ ਸਾਨੂੰ ਮਿਲਿਆ ਹੈ ਸਾਨੂੰ ਉਹਦੇ ਜਵਾਬ ਦੇਣ, ਤਾਂ ਕਿ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਸੱਚ ਦਾ ਸੱਚ ਪੇਸ਼ ਕਰ ਸਕੀਏ, ਤਾਂ ਕਿ ਲੋਕਾਂ ਨੂੰ ਅਸੀਂ ਸੱਚਾਈ ਬਾਰੇ ਦੱਸ ਸਕੀਏ ਕਿ ਸੱਚਾਈ ਕੀ ਹੈ ਅਤੇ ਝੂਠ ਕੀ ਹੈ। ਨਿਰਣਾ ਲੈਣਾ ਸੰਗਤ ਦਾ ਕੰਮ ਆ, ਕਿਉਂਕਿ ਅਸੀਂ ਕੋਈ ਇੱਥੇ ਜੱਜ ਨਹੀਂ ਹੈਗੇ। ਅਤੇ ਮੈਂ ਹੁਣ ਉਹਨਾਂ ਨੂੰ ਲੈਣ 'ਤੇ ਲਊਂਗਾ। ਹੈਲੋ ਹੈਲੋ ਬੈਸ ਸਾਹਿਬ, ਤੁਹਾਡਾ ਪ੍ਰਦੇਸ਼ ਟੀਵੀ 'ਤੇ ਨਿਊਯਾਰਕ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੈਸ ਸਾਹਿਬ ਜੀ, ਅਸੀਂ ਤੁਹਾਡੇ ਫਾਦਰ ਸਾਹਿਬ ਬਾਰੇ ਤਾਂ ਬਹੁਤ ਕੁਛ ਸੁਣਿਆ ਵੀ ਆ ਅਤੇ ਪੜ੍ਹਿਆ ਵੀ ਆ, ਪਰ ਮੇਰੇ ਖਿਆਲ 'ਚ ਪਹਿਲੀ ਵਾਰ ਮੈਨੂੰ ਮੌਕਾ ਮਿਲ ਰਿਹਾ ਅਤੇ ਤੁਹਾਡੇ ਨਾਲ ਗੱਲ ਕਰਨ ਦਾ। ਬੜੀ ਖੁਸ਼ੀ ਦੀ ਗੱਲ ਹੈ ਕਿ
ਪੰਜਾਬ ਵਿੱਚ ਰਹਿੰਦੇ ਹੋਏ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋ, ਇਹ ਅੱਜ ਭਾਵੇਂ ਮੈਂ ਤੁਹਾਡੀ ਰਿਕਾਰਡਿੰਗ ਵੀ ਸੁਣੀ ਸੀ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਇਹ ਸਾਰੇ ਕੰਟਰੀਆਂ ਦੇ ਵਿੱਚ ਹੁੰਦਾ ਹੈ, ਜਦੋਂ ਲੋਕ ਜਾਗਦੇ ਨੇ ਤਾਂ ਫਿਰ ਸਾਨੂੰ ਇਹਨਾਂ ਦੀ ਕਦਰ ਹੁੰਦੀ ਆ, ਫਿਰ ਅਸੀਂ ਮਨੁੱਖੀ ਅਧਿਕਾਰਾਂ ਨੂੰ ਇਹਨਾਂ ਨੂੰ ਲਾਗੂ ਕਰਵਾ ਸਕਦੇ ਹਾਂ। ਇਹ ਸਾਡੇ ਲਈ ਬੜੀ ਮਾਣ ਦੀ ਗੱਲ ਹੈ। ਅਤੇ ਬੈਸ ਸਾਹਿਬ, ਮੈਂ ਤੁਹਾਨੂੰ ਕੁਸ਼ਚਨ ਪੁੱਛਣਾ ਚਾਹੂੰਗਾ ਕਿ ਤੁਸੀਂ ਇਸ ਕੇਸ ਦੇ ਨਾਲ ਕਿਵੇਂ ਰਿਲੇਟਡ ਹੋਏ, ਜਾਂ ਸੁਖਵਿੰਦਰ ਸਿੰਘ ਨੇ ਤੁਹਾਨੂੰ ਇਸ ਕੇਸ ਦੇ ਵਿੱਚ ਕਿਵੇਂ ਇਨਵੋਲਵ ਕੀਤਾ? ਦੇਖੋ, 26 ਅਪ੍ਰੈਲ ਨੂੰ ਜੀ 2012 ਨੂੰ ਇਹਦੀ ਮਾਂ ਹਰਪਾਲ ਕੌਰ ਤੇ ਇਹਦਾ ਭਰਾ ਬਲਕਾਰ ਸਿੰਘ ਮੇਰੇ ਕੋਲ ਆਏ ਚੰਡੀਗੜ੍ਹ ਜੀ। ਕਹਿੰਦੇ ਕਿ ਸਾਡਾ ਮੁੰਡਾ ਚੁੱਕਿਆ ਹੋਇਆ, ਪੁਲਿਸ ਤੇ ਚੁੱਕਿਆ ਹੋਇਆ, CIS ਦਾ ਪਟਿਆਲਾ ਦੇ ਸਾਨੂੰ ਸ਼ਾਕਾ, ਔਰ ਬਾਬਾ ਰਣਜੀਤ ਸਿੰਘ ਨੇ ਚੁਕਵਾਇਆ, ਕਿਉਂਕਿ 1.5 ਸਾਲ ਪਹਿਲਾਂ ਵੀ ਉਹਨੇ ਉਹਨੂੰ ਚੁਕਵਾ ਕੇ ਬੜਾ ਤਸ਼ੱਦਦ ਕੀਤਾ ਸੀ ਜੀ। ਬੈਂਸ ਸਾਹਿਬ, ਮੈਂ ਥੋੜੀ ਇੱਕ ਗੱਲ ਕੱਟੂੰਗਾ, ਇਹ 1.5 ਸਾਲ ਪਹਿਲਾਂ ਤੁਹਾਡੇ ਕੋਲ ਕਿਉਂ ਨਹੀਂ ਆਏ, ਹੁਣ ਕਿਉਂ ਆਏ ਨੇ? 1.5 ਸਾਲ ਪਹਿਲਾਂ ਤਾਂ ਇੱਕ ਉੱਠ ਖਾ ਕੇ ਚੁੱਪ ਬੈਠੇ ਰਹੇ ਡਰਦੇ ਮਾਰੇ। ਹੁਣ ਹੈ ਕਿ ਹੁਣ ਮੁੰਡਾ ਲੱਭ ਹੀ ਨਹੀਂ ਰਿਹਾ ਸੀ, ਉਹ ਤਾਂ ਘੱਟੋ ਘੱਟ ਉਹਨਾਂ ਨੂੰ ਪਤਾ ਸੀ ਕਿ ਪੁਲਿਸ ਨੇ ਚੁੱਕਿਆ, ਉੱਥੇ ਮਿਲਣ ਵੀ ਦਿੰਦੇ ਸੀ, ਦੱਸ ਦਿੰਦੇ ਸੀ। ਇਹ 23 ਤੋਂ ਬਾਅਦ ਤਾਂ ਇਹਨਾਂ ਨੂੰ ਪਤਾ ਨਹੀਂ ਲੱਗਾ ਕਿੱਥੇ ਲੈ ਗਏ, ਇਹਨਾਂ ਦਾ ਲੱਗਦਾ ਸੀ ਖਰਿਆ ਮਾਰ ਹੀ ਦਿੱਤਾ ਇਹਨਾਂ ਨੂੰ। ਤੁਸੀਂ 23 ਅਪ੍ਰੈਲ ਦੀ ਗੱਲ ਕਰ ਰਹੇ ਹੋ? 23 ਅਪ੍ਰੈਲ ਤੋਂ ਬਾਅਦ, 23 ਅਪ੍ਰੈਲ 2012 ਤੋਂ। ਅੱਛਾ ਜੀ। ਉਦੋਂ ਚੁੱਕੇ ਤੇ ਮੇਰੇ ਕੋਲ 26 ਨੂੰ ਪਹੁੰਚੇ, 27 ਨੂੰ ਅਸੀਂ ਕੇਸ ਪਾਤਾ, 27 ਨੂੰ ਸ਼ਾਮ ਤੱਕ ਆਰਡਰ ਹੋ ਗਏ, 28 ਨੂੰ ਅਸੀਂ ਵਾਰੰਟ ਅਫਸਰ ਨਾਲ ਲੈ ਕੇ ਤੜਕੇ ਚੱਲ ਪਏ ਚੰਡੀਗੜ੍ਹੋਂ ਲੱਭਣ ਇਹਨੂੰ। ਅਸੀਂ CIS ਦਾ ਪਟਿਆਲਾ ਰੇਡ ਮਾਰਿਆ, ਉੱਥੇ ਕੋਈ ਬੰਦਾ ਨਹੀਂ ਲੱਭਿਆ, ਬਟ ਉਹਨਾਂ ਨੇ ਦੱਸਿਆ ਕਿ ਬਾਬਾ ਇਹੋ ਜਿਹੇ ਕੰਮ ਕਰਦਾ। ਇਹ ਤੁਹਾਡੀ ਨੌਲੇਜ ਦੇ ਵਿੱਚ ਕਦੇ ਪਹਿਲਾਂ ਵੀ ਇਹੀ ਗੱਲ ਆਈ ਆ, ਜਾਂ ਸੁਖਵਿੰਦਰ ਸਿੰਘ ਪਹਿਲਾ ਇਨਸਾਨ ਆ? ਕਿਉਂ, ਅਸੀਂ ਮੀਡੀਆ ਵਿੱਚ ਰਹਿੰਦੇ ਹੋਏ ਬਾਬਾ ਰਣਜੀਤ ਸਿੰਘ ਬਾਰੇ ਇਹ ਗੱਲ ਆ ਜੋ ਅਸੀਂ ਤੁਹਾਡੇ ਮੂੰਹ ਤੋਂ ਪਹਿਲੀ ਵਾਰ ਸੁਣ ਰਹੇ ਹਾਂ। ਹਾਂ, ਇਹਨੇ ਵੀ ਪਹਿਲੀ ਵਾਰ ਹੀ ਦੱਸਿਆ, ਇਹਨੂੰ ਪੁੱਛਿਆ ਗਿਆ ਕਿ ਭਾਈ ਤੂੰ ਪਹਿਲਾਂ ਕਿਉਂ ਨੀ ਬੋਲਿਆ, 1.5 ਸਾਲ ਪਹਿਲਾਂ ਵੀ ਤੂੰ ਕੁੱਟ ਖਾ ਚੁੱਕਾ। ਉਹ ਕਹਿੰਦਾ ਕਿ ਮੈਂ ਇੱਕ ਤਾਂ ਕਮਜ਼ੋਰ ਹੈ, ਗਰੀਬ ਹੈ, ਡਰਦਾ, ਮੈਨੂੰ ਨਹੀਂ ਸੀ ਪਤਾ, ਹੁਣ ਤਾਂ ਮੈਨੂੰ ਲੱਗਦਾ ਕਿ ਮੈਨੂੰ ਵਾਹਿਗੁਰੂ ਨੇ ਬਚਾਇਆ ਤੇ ਹੁਣ ਮੈਨੂੰ ਸੱਚ ਦੱਸ ਰਿਹਾ ਚਾਹੀਦਾ। ਬੈਂਸ ਸਾਹਿਬ, ਮੈਂ ਬੈਂਸ ਸਾਹਿਬ ਤੁਹਾਨੂੰ, ਹਾਂਜੀ ਬੈਂਸ ਸਾਹਿਬ, ਮੈਂ ਤੁਹਾਨੂੰ ਕੁਐਸਚਨ ਇਹ ਕਰਨਾ ਚਾਹੂੰਗਾ ਕਿ ਜਿਹੜੀ ਸੁਖਵਿੰਦਰ ਸਿੰਘ ਨੇ ਗੱਲ ਗਰੀਬੀ ਦੀ ਕਹੀ ਆ, ਮੇਰੇ ਖਿਆਲ 'ਚ ਇਹ ਤਾਂ ਪਰਿਵਾਰ ਸ਼ੁਰੂ ਤੋਂ ਇੱਕ ਨੋਰਮਲ ਪਰਿਵਾਰ ਰਿਹਾ, ਅਤੇ ਅੱਜ ਮਤਲਬ ਕਿ ਕੀ ਹੌਸਲਾ ਇਹਦੇ ਵਿੱਚ ਆਇਆ, ਕਿਹੜੀ ਪੱਖੋਂ ਇਹਨੇ ਮਤਲਬ ਕਿ ਸੋਚਿਆ ਕਿ ਇਹ ਇਸ ਜੋ ਇਹਦੇ ਨਾਲ ਹੋਇਆ ਇਹਨੂੰ ਅੱਗੇ ਤੱਕ ਲੈ ਕੇ ਆਵੇ? ਮੈਨੂੰ ਜੋ ਲੱਗਦਾ, ਇੱਕ ਵਾਰ ਤੁਸੀਂ ਤਸ਼ੱਦਦ ਦੇ ਅੰਤ ਤੱਕ ਪਹੁੰਚ ਜਾਓ, ਇੱਕ ਵਾਰ ਤੁਸੀਂ ਮੌਤ ਨੂੰ ਸਾਹਮਣੇ ਦੇਖ ਲਓ, ਇੱਕ ਵਾਰ ਤੁਸੀਂ ਫ੍ਰੀ ਬਾਜੋ, ਤਾਂ ਫਿਰ ਤੁਹਾਡਾ ਵਿਸ਼ਵਾਸ ਅਥਾਹ ਹੋ ਜਾਂਦਾ ਰੱਬ ਤੇ ਕਿ ਬਾਈ ਜੇ ਉਹਨੇ ਬਚਾਇਆ ਤਾਂ ਕਿਸੇ ਮਕਸਦ ਦੀ ਬਚਾਇਆ, ਤੇ ਹੁਣ ਸੱਚ ਬੋਲਣ ਦੀ ਸ਼ਕਤੀ ਪੈਦਾ ਹੁੰਦੀ ਹੈ। ਇਹ ਹਮੇਸ਼ਾ ਨਹੀਂ ਬੋਲਦਾ, ਜਦੋਂ ਬੰਦਾ ਪਾਣੀ ਬਹੁਤ ਉੱਚਾ ਪਹੁੰਚ ਜਾਂਦਾ ਫਿਰ ਕਦੀ ਬੰਦਾ ਇਹੋ ਜਿਹੇ ਸ਼ਕਤੀ ਪੈਦਾ ਹੁੰਦੀ ਤੇ ਬੰਦਾ ਸੱਚ ਬੋਲਦਾ ਔਰ ਫਿਰ ਉਹਨੂੰ ਮਿਸ਼ਨ ਬਣਾ ਲੈਂਦਾ। ਅਕਸਰ ਬਹੁਤ ਵਾਰੀ ਦੇਖਿਆ ਪਰਿਵਾਰ ਬੜੀ ਦੇਰ ਤੱਕ ਸਹਿੰਦੇ ਰਹਿੰਦੇ, ਇੱਕ ਹਾਲਾਤ ਐਸੇ ਆਉਂਦੇ ਜਦੋਂ ਕਾਰਨਰ ਹੋ ਜਾਂਦੇ ਤਾਂ ਫਿਰ ਉਹੀ ਬਿੱਲੀ ਸ਼ੇਰ ਬਣ ਜਾਂਦੀ ਹੈ। ਬਿਲਕੁਲ ਇਹੋ ਜਿਹਾ ਇਸ ਪਰਿਵਾਰ ਨਾਲ ਹੋਇਆ, ਕਿੱਥੇ ਰੋਈ ਜਾ ਰਹੇ ਸੀ, ਕਰਾ ਰਹੇ ਸੀ, ਚਿੰਤਾ ਕਰ ਰਹੇ ਸੀ, MLA ਕੋਲ ਜਾ ਰਹੇ ਸੀ, IG ਕੋਲ ਜਾ ਰਹੇ ਸੀ, ਮਤਲਬ ਜਦੋਂ ਇਹਨੂੰ ਦੇਖਿਆ ਕਿ ਬਚ ਗਿਆ, ਉਸ ਤੋਂ ਬਾਅਦ ਸੋਚਿਆ ਘੱਟੋ ਘੱਟ ਸਾਡੇ ਨਾਲ ਇੰਨਾ ਦਾ ਧਰਮ ਹੈ ਕਿ ਲੋਕਾਂ ਨੂੰ ਦੱਸੇਗੇ ਕੀ ਹੁੰਦਾ ਹੈ। ਮੈਂ ਸਾਹਿਬ, ਮੈਂ ਇੱਥੇ ਤੁਹਾਨੂੰ ਇੱਕ ਸਵਾਲ ਕਰਨਾ ਚਾਹੂੰਗਾ, ਇਹ ਆਪਾਂ ਜਿਹੜੇ ਤਸ਼ੱਦਦ ਵਗੈਰਾ ਦੀ ਜਾਂ ਗੱਲ ਕਰ ਰਹੇ ਹਾਂ, ਇਹ ਮੈਂ ਤੁਹਾਨੂੰ ਇਹ ਬਿਲਕੁਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਅਸੀਂ ਸਾਰੀਆਂ ਰਿਪੋਰਟਾਂ, ਕੁਛ ਪੰਜਾਬ ਤੋਂ, ਕੁਛ ਇੱਥੋਂ ਜਿੱਥੋਂ ਜਿੱਥੋਂ ਸਾਨੂੰ ਸਾਰੀਆਂ ਰਿਪੋਰਟਾਂ ਮਿਲੀਆਂ, ਕਿਉਂ ਪ੍ਰਦੇਸ਼ TV ਦਾ ਅਤੇ ਸਾਡਾ ਇੱਕ ਸਿੱਖ ਹੋਣ ਦੇ ਨਾਤੇ ਹਮੇਸ਼ਾ ਫਰਜ਼ ਰਿਹਾ ਕਿ ਸੱਚ ਨੂੰ ਹਮੇਸ਼ਾ ਸੱਚ ਕਿਹਾ ਜਾਵੇ, ਸੱਚ ਦਾ ਡਟ ਕੇ ਸਾਥ ਦਿੱਤਾ ਜਾਵੇ। ਮੈਂ ਤੁਹਾਨੂੰ ਸਿਰਫ ਇਹ ਸਵਾਲ ਕਰਨਾ ਚਾਹੂੰਗਾ, ਤੁਸੀਂ ਕੋਈ ਹੋਰ ਕਾਰਨ ਨਹੀਂ, ਮੈਂ ਇਹਦੀ ਮਦਦ ਕੀਤੀ ਜੀ ਜੀ ਜੀ, ਮੈਨੂੰ ਲੱਗਦਾ ਕਿ ਸੱਚ ਬੋਲ ਰਿਹਾ, ਇਸ ਕਰਕੇ ਮੈਂ ਵੀ ਇਹਦੇ ਨਾਲ ਖੜਾ।
ਅੱਛਾ ਬਹਿ ਸਾਹਿਬ, ਇਹ ਮੈਂ ਬਿਲਕੁਲ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਪਤਾ ਵੀ ਨਹੀਂ ਸੀ ਪਹਿਲਾਂ ਇਹ ਕੋਈ ਇਹੋ ਜਿਹਾ ਬਾਬਾ ਹੈਗਾ, ਮਗਰ ਸਾਹਿਬ ਇਸ ਲਈ ਹੈ ਕਿ ਮੈਨੂੰ ਲੱਗਦਾ ਕਿ ਇਸ ਕੇਸ ਵਿੱਚ ਇਹਨੇ ਜ਼ੁਲਮ ਕੀਤਾ, ਇਸ ਲਈ ਆਪਾਂ ਇਸ ਸੁਖਵਿੰਦਰ ਸਿੰਘ ਨਾਲ ਖੜਿਆ, ਕੋਈ ਹੋਰ ਸਾਡਾ ਕੋਈ ਮਕਸਦ ਨਹੀਂ ਹੈ। ਬਹਿ ਸਾਹਿਬ ਮੈਂ ਇਹ ਗੱਲ ਤੁਹਾਡੇ ਤੋਂ ਪੁੱਛਣੀ ਚਾਹੂੰਗਾ ਵੀ ਕਿਤੇ ਇਹ ਉਹੀ ਦੁਬਾਰਾ ਕੜੀ ਤਾਂ ਨਹੀਂ ਸ਼ੁਰੂ ਹੋ ਰਹੀ ਜਿਹੜੀ ਪਹਿਲਾਂ ਬਾਬਿਆਂ ਅਤੇ ਉਹਨਾਂ ਦੇ ਸੇਵਕਾਂ ਦੀ ਚੱਲਦੀ ਸੀ? ਕੁਛ ਲੋਕ ਵਿੱਚ ਖੜ੍ਹੇ ਹੋ ਜਾਂਦੇ ਸੀ, ਆਪਣੇ ਲਾਹੇ ਲੈਂਦੇ ਸੀ ਅਤੇ ਫਿਰ ਪਰੇ ਚਲੇ ਜਾਂਦੇ ਸੀ। ਕੀ ਇਹ ਕੋਈ ਇੱਦਾਂ ਦੀ ਲੜੀ ਦੁਬਾਰਾ ਸ਼ੁਰੂ ਹੋਣ ਤਾਂ ਨਹੀਂ ਜਾ ਰਹੀ? ਕੀ ਤੁਸੀਂ ਸੋਚਦੇ ਹੋ, ਤੁਸੀਂ ਬਹੁਤ ਵਧੀਆ ਅਟਰਨੀ ਹੋ, ਹਿਊਮਨ ਰਾਈਟਸ ਦੀ ਗੱਲ ਕਰਦੇ ਹੋ, ਕੀ ਕੋਈ ਅਜਿਹੀ ਕੜੀ ਇਸ ਚੀਜ਼ ਦੇ ਪਿੱਛੇ ਤਾਂ ਨਹੀਂ ਕੰਮ ਕਰ ਰਹੀ ਕਿ ਸਿੱਖੀ ਨੂੰ ਢਾਹ ਲਾਉਣੀ ਵਾਲੀਆਂ ਗੱਲਾਂ ਕਰਨ ਪਿੱਛੇ ਉਸ ਪ੍ਰਚਾਰ ਨੂੰ ਰੋਕਿਆ ਜਾਵੇ? ਨਹੀਂ, ਮੈਨੂੰ ਲੱਗਦਾ ਕਿ ਜਿਹਦੇ ਕੋਲ ਵੀ ਜਦੋਂ ਬਹੁਤ ਜ਼ਿਆਦਾ ਪੈਸਾ ਆ ਜਾਂਦਾ ਹੈ ਔਰ ਉਹਦੇ ਅੰਦਰ ਉਹਨਾਂ ਅਖਲਾਕ ਜਾਂ ਉਹਨਾਂ ਕਰੈਕਟਰ ਨਹੀਂ ਹੁੰਦਾ ਔਰ ਸਹੀ ਮਸਲਾ ਵਿੱਚੋਂ ਕੋਈ ਧਾਰਮਿਕ ਨੇਤਾ ਨਹੀਂ ਹੁੰਦਾ ਤਾਂ ਉਹ ਹਰ ਪੈਸੇ ਦਾ ਹਰ ਸ਼ਕਤੀ ਦਾ ਇੱਦਾਂ ਇਸਤੇਮਾਲ ਕਰਦਾ ਹੈ ਐਸ਼ ਆਰਾਮ ਲਈ, ਔਰ ਜਦੋਂ ਵੀ ਕੋਈ ਸੱਚ ਬੋਲਣ ਦੀ ਕੋਸ਼ਿਸ਼ ਕਰਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦਾ, ਔਰ ਅਕਸਰ ਲੋਕ ਦਬਾਉਣ ਪੁਲਿਸ ਦੇ ਥਰੂ ਹੀ ਕਰਦੇ ਨੇ, ਮੇਰੀ ਜਿਹੜੀ ਚੌਂਕੀ ਨੇ ਇਹਨੂੰ ਉਹਨਾਂ ਨੇ ਕਹਿਣ ਦੇ ਉੱਤੇ ਪਨਿਆਲਾ ਦੀ ਚੌਂਕੀ ਨੇ ਚੁੱਕਿਆ ਸੀ, ਉੱਥੇ ਦਾ ਜਿਹੜਾ SHO ਆ ਉਹ ਇਹ ਗੱਲ ਕਹਿ ਰਿਹਾ ਕਿ ਕਿਸੇ ਵੀ ਕਿਸਮ ਦਾ ਇਹਦੇ 'ਤੇ ਕੋਈ ਅੱਤਿਆਚਾਰ ਨਹੀਂ ਹੋਇਆ ਹੈਗਾ, ਅਤੇ ਉਹ ਆਪਣਾ ਲਿਖਤੀ ਬਿਆਨ, ਈਵਨ ਕਿ ਸਾਡੀ ਟੀਮ ਵੀ ਅਸੀਂ ਭੇਜਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹ ਇਹ ਕਹਿ ਰਿਹਾ ਕਿ ਅਸੀਂ ਪੂਰਾ ਉਹਨਾਂ ਨੂੰ ਬਿਲਕੁਲ ਠੀਕ ਠਾਕ ਦੇਖਿਆ ਅਤੇ ਠੀਕ ਠਾਕ ਛੱਡਿਆ, ਅਤੇ ਕੀ ਇਹ ਕੀ ਤੁਹਾਨੂੰ ਲੱਗਦਾ ਕਿ ਇਹ ਇਹਦੇ ਪਿੱਛੇ ਕੀ ਗੱਲ ਆ? ਤੁਸੀਂ ਬਿਲਕੁਲ ਇੱਕ ਮਾਸੂਮ ਬੱਚੇ ਹੋਵੋਗੇ ਜੇ ਤੁਹਾਨੂੰ ਲੱਗਦਾ ਕਿ ਸਾਡੇ ਪੁਲਿਸ ਸਟੇਸ਼ਨਾਂ ਵਿੱਚ ਕੋਈ ਵੀ ਬੰਦਾ ਬਿਨਾਂ ਕੁੜ ਤੋਂ ਰਹਿ ਸਕਦਾ। ਤੁਸੀਂ ਜਿਹੜਾ ਵੀ ਬੰਦਾ ਕਿਸੇ ਵੀ ਕ੍ਰਾਈਮ ਵਿੱਚ ਫੜਿਆ ਜਾਂਦਾ ਜਦੋਂ ਜੇਲ੍ਹ ਆਉਂਦਾ ਹੈ ਤਾਂ ਉਹ ਕਹਿੰਦਾ ਕਿ ਪੁਲਿਸ ਸਟੇਸ਼ਨ ਔਰ ਜੇਲ੍ਹ ਵਿੱਚ ਸਵਰਗ ਔਰ ਨਰਕ ਜਿੰਨਾ ਫਰਕ ਹੈ, ਉੱਥੇ ਰਾਕਸ਼ਸ ਰਹਿੰਦੇ ਨੇ ਪੁਲਿਸ ਸਟੇਸ਼ਨਾਂ ਦੇ ਵਿੱਚ ਔਰ ਹਰ ਬੰਦੇ ਨੂੰ ਕੁੱਟਿਆ ਜਾਂਦਾ। ਪਰ ਤੁਹਾਨੂੰ ਬਹਿ ਸਾਹਿਬ ਇਹ ਨਹੀਂ ਲੱਗਦਾ ਜੇ ਕੋਈ ਪੁਲਿਸ ਅਫਸਰ ਆਪਣਾ ਇਹ ਬਿਆਨ ਦਊਗਾ ਜਾਂ ਕਿਸੇ ਨੂੰ ਆਪਣੀ ਇੰਟਰਵਿਊ ਦਊਗਾ ਕਿ ਉਹਨਾਂ ਨੇ 4 ਦਿਨ ਪਹਿਲਾਂ ਜਦੋਂ ਤੁਸੀਂ ਸ਼ੇਰੇ ਪੰਜਾਬ ਰੇਡੀਓ ਤੋਂ ਆਏ ਹੋ ਜਾਂ ਉਹਨਾਂ ਨੂੰ ਉਸ ਪਰਿਆਣਾ ਦੀ ਪੁਲਿਸ ਚੌਂਕੀ ਨੇ ਲੈ ਕੇ ਗਏ ਨੇ, ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਆਪਣੀ ਨੌਕਰੀ ਨੂੰ ਇੱਕ ਕਿਸਮ ਦੀ ਖਤਰੇ 'ਚ ਪਾਊਗਾ? ਨਹੀਂ, ਨੌਕਰੀ ਦੇ ਵਿੱਚ ਖਤਰੇ ਪੈਣ ਲੱਗੇ ਤਾਂ ਇਹ ਸ਼ਬਦ ਬੰਦ ਹੋ ਜਾਂਦੇ ਆ, ਜਦੋਂ ਉਹਨਾਂ ਨੂੰ ਪਤਾ ਕਿ ਸਰਕਾਰ ਪੋਲੀਟੀਸ਼ੀਅਨ ਜਾਂ ਕੋਈ ਵੀ ਚੀਜ਼ ਟੋਲਰੇਟ ਨਹੀਂ ਕਰਦੀ ਤਾਂ ਉਹਨਾਂ ਮੁਲਕਾਂ 'ਚ ਇੱਕ ਇੱਦਾਂ ਦੀ ਗੱਲ ਨਹੀਂ ਹੁੰਦੀ। ਜਿੱਦਣ ਇੱਥੇ ਵੀ ਜਦੋਂ ਇਲੈਕਸ਼ਨਾਂ ਦੇ ਵਿੱਚ ਕਿਸੇ ਪੁਲਿਸ ਨੇ ਮਾਰਨਾ ਬੰਦ ਕਰਤਾ ਸੀ ਕਿਉਂਕਿ ਪਤਾ ਸੀ ਇਲੈਕਸ਼ਨ ਕਮਿਸ਼ਨ ਸਿੱਧਾ ਤੁਹਾਨੂੰ ਸਸਪੈਂਡ ਕਰ ਦੇਗਾ, ਇਹ ਸਾਰੀਆਂ ਗੱਲਾਂ ਹੁੰਦੀਆਂ ਕਿਉਂ ਹੈ? ਕਿਉਂਕਿ ਸਰਕਾਰਾਂ ਟੋਲਰੇਟ ਕਰਦੀਆਂ, ਉਹ ਆਪਣੇ ਬੰਦਿਆਂ ਨੂੰ ਵੀ ਕਟਵਾਉਂਦੀਆਂ ਪੁਲਿਸ ਥਾਣੇ, ਜਿਹੜਾ ਵੀ ਇੱਥੇ ਅਮੀਰ ਔਰ ਡੇਰੇ ਵਾਲੇ ਉਹ ਵੀ ਇੱਦਾਂ ਪੁਲਿਸ ਦਾ ਦੁਰਉਪਯੋਗ ਕਰਦੇ ਨੇ। ਤੁਹਾਡੇ ਕਹਿਣ ਤੋਂ ਭਾਵ ਕਿ ਇਸ ਚੀਜ਼ ਦੇ ਪਿੱਛੇ ਵੀ ਜੋ ਉੱਥੇ ਦੀ ਅਕਾਲੀ ਸਰਕਾਰ ਆ ਉਹਦਾ ਕਿਸੇ ਕਿਸਮ ਦਾ ਹੱਥ ਹੈ? ਤੁਹਾਨੂੰ ਲੱਗਦਾ ਕਿ ਉਸ ਪੰਥਕ ਸਰਕਾਰ ਦਾ ਵੀ ਇਹਦੇ ਪਿੱਛੇ ਹੱਥ ਹੈ? ਕੋਈ ਇਹਦੇ ਵਿੱਚ ਉਹਦਾ ਕੋਈ ਹੱਕ ਨਹੀਂ ਹੈ, ਇਹਦੇ ਵਿੱਚ ਉਹਦਾ ਇਸ ਇੰਸੀਡੈਂਟ ਵਿੱਚ ਕੋਈ ਹੱਥ ਨਹੀਂ ਲੱਗਦਾ, ਨਾ ਹੀ ਇਹ ਪੁਲਿਸ ਦਾ ਕੋਈ ਨਿੱਜੀ ਮਾਮਲਾ ਹੈ, ਨਾ ਹੀ ਇਹਨੂੰ ਪੁਲਿਸ ਨੇ ਇਸ ਵਿੱਚ ਚੁੱਕਿਆ ਕਿ ਕਿਸੇ ਹੋਰ ਕੇਸ ਵਿੱਚ ਹੈ, ਇਹਨੂੰ ਤਾਂ ਸਿੱਧਾ ਹੀ ਇਹਦਾ ਨਾਤਾ ਸਿੱਧਾ ਹੀ ਡੇਰੇ ਨਾਲ ਹੀ ਹੈ, ਉਹਨਾਂ ਨੇ ਕਿਹਾ ਉਹਨਾਂ ਨੇ ਉਸ ਚੋਰੀ ਦੇ ਕੇਸ ਦੇ ਵਿੱਚ ਰਿਲੇਟਡ ਕੀਤਾ ਹੋਵੇ ਕਿ ਉਹ ਜਿਹੜੀ ਅਵਾਰਾਗਰਦੀ ਦੀ ਰਿਪੋਰਟ ਆ, ਸ਼ਾਇਦ ਤੁਹਾਨੂੰ, ਤੁਸੀਂ ਉੱਥੇ ਦੇ ਅਟਾਰਨੀ ਉਹਨਾਂ ਦੇ, ਤੁਹਾਨੂੰ ਇਸ ਚੀਜ਼ ਬਾਰੇ ਪਤਾ ਹੋਊਗਾ, ਉਹ ਕੀ ਚੀਜ਼ ਆ ਬਹਿਣ ਸਾਹਿਬ?
ਅਵਾਰਾ ਗਰਦੀ ਦਾ ਕੇਸ ਤਾਂ 30 ਅਪ੍ਰੈਲ ਨੂੰ ਪਿਆ। ਅਸੀਂ ਹਾਈਕੋਰਟ ਵਿੱਚ ਕੇਸ 26 ਨੂੰ ਮੇਰੇ ਕੋਲ ਆ ਗਏ, 27 ਨੂੰ ਕੇਸ ਪੈ ਗਿਆ, 27 ਨੂੰ ਹਾਈਕੋਰਟ ਨੇ ਆਰਡਰ ਕਰਤੇ, 28 ਨੂੰ ਅਸੀਂ ਰੇਡਾ ਕਰ ਰਹੇ ਨੇ ਔਰ 30 ਨੂੰ ਚੁੱਕ ਕੇ ਉਹ ਕੇਸ ਪਾ ਰਹੇ ਨੇ, ਅਖਬਾਰਾਂ ਵਿੱਚ ਆ ਚੁੱਕਾ 25 ਨੂੰ। ਔਰ ਇਹ ਕਿਹੋ ਜਿਹੀ ਹੱਸੋ ਸਿੰਨੀ ਗੱਲ ਹੈ ਕਿ ਏਦਾਂ ਦਾ ਕੋਈ ਯਕੀਨ ਕਰ ਸਕਦਾ ਕਿ 30 ਨੂੰ ਅਵਾਰਾ ਗਰਦੀ ਦਾ ਸਾਰਾ ਪਰਿਵਾਰ ਪਾਗਲ ਹੋਵੇ, ਵਕੀਲ ਹਾਈਕੋਰਟ ਆਰਡਰ ਕਰ ਰਿਹਾ ਹੋਵੇ ਔਰ ਇਹ ਕਹਿ ਰਹੇ ਕਿ ਜੀ ਇਹ ਤਾਂ 30 ਤਰੀਕ ਨੂੰ ਅਵਾਰਾ ਗਰਦੀ ਕਰਦਾ ਮਿਲ ਗਿਆ ਔਰ ਤੁਹਾਨੂੰ ਹੀ ਮਿਲਿਆ ਔਰ ਫਟਾਫਟ ਤੁਸੀਂ ਕੋਰਟ ਕੋਲ ਜਾ ਕੇ ਜੇਲ੍ਹ ਵਿੱਚ ਭੇਜਤਾ। ਇਹ ਤਾਂ ਹਰ ਹਰ ਰੇਡ ਵਿੱਚ ਜਦੋਂ ਇਹ ਹੁੰਦਾ ਹੈ ਇੱਦਾਂ ਹੀ ਕਰਦੀ ਹੈ ਪੁਲਿਸ। ਅੱਛਾ ਜੀ, ਮੈਂ ਸਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ। ਮੈਂ ਬਾਅਦ ਦੇ ਵਿੱਚ ਤੁਹਾਡੇ ਨਾਲ 2 ਮਿੰਟ ਫਿਰ ਗੱਲ ਕਰਨੀ ਚਾਹੂੰਗਾ ਕਿ ਕੀ ਮੈਂ ਇਸ ਵੇਲੇ ਸੁਖਵਿੰਦਰ ਸਿੰਘ ਨਾਲ ਗੱਲ ਕਰ ਸਕਦਾ, ਅਸੀਂ ਉਹਨੂੰ ਵੀ ਲੋਕਾਂ ਦੀ ਕਚਹਿਰੀ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹਾਂ। ਹਾਂ ਜੀ, ਬੈਠੋ ਜੀ, ਗੱਲ ਕਰੋ 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 ਗੱਲ ਕਰੋ, ਆ ਲਓ। ਹੈਲੋ ਸੁਖਵਿੰਦਰ ਸਿੰਘ ਜੀ, ਵਾਹਿਗੁਰੂ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਸਿੰਘ ਜੀ, ਨਿਊਯਾਰਕ ਦੇ ਵਿੱਚ ਪ੍ਰਦੇਸ਼ ਟੀਵੀ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੀ। ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਨਿਊਯਾਰਕ ਵਿੱਚ ਮੇਰੀ ਆਵਾਜ਼ ਪਹੁੰਚਾਉਣ ਦਾ ਤੁਸੀਂ ਯਤਨ ਕਰ ਰਹੇ ਹੋ ਜੀ। ਸੁਖਵਿੰਦਰ ਸਿੰਘ ਜੀ, ਅਸੀਂ ਹਮੇਸ਼ਾ ਹੀ ਸੱਚ ਦੇ ਨਾਲ ਖੜੇ ਹਾਂ ਤੇ ਸੱਚ ਦੇ ਨਾਲ ਖੜਾਂਗੇ ਵੀ, ਕਿਉਂ ਅਸੀਂ ਵੀ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਹਾਂ, ਇਹ ਟੀਵੀ ਵੀ ਇੱਕ ਸਿੱਖ ਪਰਿਵਾਰ ਨੂੰ ਬਿਲੋਂਗ ਕਰਦਾ, ਸਾਡਾ ਹਮੇਸ਼ਾ ਇਹ ਫਰਜ਼ ਰਿਹਾ, ਅਸੀਂ ਹਮੇਸ਼ਾ ਆਪਣਾ ਫਰਜ਼ ਸਮਝਿਆ ਕਿ ਜਿਹੜਾ ਸੱਚ ਆ ਉਹਨੂੰ ਲੋਕਾਂ ਸਾਹਮਣੇ ਲਿਆਂਦਾ ਜਾਵੇ ਤੇ ਸੱਚ ਨੂੰ ਸੱਚ, ਬਿਲਕੁਲ ਝੂਠ ਨੂੰ ਝੂਠ ਕੀਤਾ ਜਾਵੇ, ਤਾਂ ਕਿ ਅਸੀਂ ਆਪਣੀ ਸੰਗਤ ਨੂੰ ਜਾਂ ਅਸੀਂ ਆਪਣੀ ਸਿੱਖ ਕੌਮ ਨੂੰ ਸੱਚਾਈ ਬਾਰੇ ਦੱਸ ਸਕੀਏ। ਜੋ ਗੱਲਾਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਪਹਿਲਾਂ ਅਸੀਂ ਬਿਲਕੁਲ ਤੁਹਾਡਾ ਜਿਹੜਾ ਪ੍ਰੋਗਰਾਮ ਆ ਉਹ ਅਸੀਂ ਸ਼ੇਰੇ ਪੰਜਾਬ ਰੇਡੀਓ ਤੋਂ ਸੁਣਿਆ, ਫਿਰ ਬਾਬਾ ਰਣਜੀਤ ਸਿੰਘ ਦੀ ਜਿਹੜੀ CDI ਆ, ਸ਼ਾਇਦ ਤੁਹਾਨੂੰ ਆਪ ਜੀ ਨੂੰ ਇਸ ਚੀਜ਼ ਦਾ ਪਤਾ ਹੋਵੇ, ਉਹ ਵੀ ਅਸੀਂ ਸੁਣੀ। ਉਹ ਸਾਰਾ ਕੁਝ ਕਰਨ ਤੋਂ ਬਾਅਦ ਹੀ ਫਿਰ ਅਸੀਂ ਇਹ ਫੈਸਲਾ ਲਿਆ ਕਿ ਹੁਣ ਸਾਨੂੰ ਦੋਨਾਂ ਪੱਖਾਂ ਦਾ ਪਤਾ ਲੱਗ ਚੁੱਕਿਆ, ਹੁਣ ਕਿਉਂ ਨਾ ਸੁਖਵਿੰਦਰ ਸਿੰਘ ਜੀ ਤੋਂ ਇਹਨਾਂ ਸਾਰੀਆਂ ਗੱਲਾਂ ਬਾਰੇ ਪਤਾ ਕੀਤਾ ਜਾਵੇ। ਹਾਂਜੀ ਹਾਂਜੀ ਸੁਖਵਿੰਦਰ, ਮੈਂ ਤੁਹਾਨੂੰ ਕੁਐਸਚਨ ਕਰਨਾ ਚਾਹੂੰਗਾ। ਤੁਸੀਂ ਕਿਹਾ ਸੀਗਾ ਕਿ ਤੁਸੀਂ 2002 ਤੋਂ ਲੈ ਕੇ 2000 ਆਲਮੋਸਟ 5-6 ਤੱਕ ਉੱਥੇ ਰਹੇ। ਹਾਂਜੀ ਹਾਂਜੀ, 6-7 ਤੱਕ ਰਹਿਆ ਜੀ ਮੈਂ ਉੱਥੇ। 7 ਤੱਕ ਰਹੇ ਹੋ। ਅੱਛਾ ਸੁਖਵਿੰਦਰ ਸਿੰਘ ਜੀ, ਤੁਸੀਂ ਇਹ ਵੀ ਆਪਣੇ ਉਸ ਦਿਨ ਦੇ ਬਿਆਨ ਦੇ ਵਿੱਚ ਕਿਹਾ ਕਿ ਉੱਥੇ ਕੁਝ ਲੋਕ ਜਿਹੜੇ ਸੀਗੇ ਅਸ਼ਲੀਲ ਮੂਵੀਆਂ ਦੇਖਦੇ ਸੀਗੇ, ਤੁਹਾਨੂੰ 1100 ਨੰਬਰ ਫੋਨ ਦਿੱਤਾ ਸੀ, ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਜਦੋਂ ਤੁਹਾਨੂੰ ਪਤਾ ਸੀਗਾ ਕਿ ਉੱਥੇ ਇਹ ਸਾਰਾ ਕੁਝ ਹੋ ਰਿਹਾ ਤੇ ਤੁਸੀਂ ਉੱਥੇ ਦੁਬਾਰਾ ਕਿਉਂ ਗਏ? ਮੈਂ ਦੁਬਾਰਾ ਗਿਆ ਨਹੀਂ ਜੀ, ਉੱਥੇ ਦੁਬਾਰਾ ਮੈਨੂੰ ਲੈ ਕੇ ਲਿਆਂਦਾ ਗਿਆ ਜੀ ਉੱਥੇ। ਇਹ ਸਿੰਘਾਂ, ਇਹਦੇ ਜਿਹੜੇ ਜਥੇ ਦੇ ਸਿੰਘ ਨੇ, ਉਹ ਮੈਨੂੰ ਵਾਰ ਵਾਰ ਫੋਨ ਕਰਦੇ ਸੀ। ਇਹਦਾ ਡਰਾਈਵਰ ਆ ਧਰਮਿੰਦਰ ਸਿੰਘ ਬਿੱਟੂ, ਉਹ ਮੈਨੂੰ ਲੈ ਕੇ ਵੀ ਆਇਆ ਵੀ ਤੂੰ ਉੱਥੇ ਆ ਜਾ, ਜਿਹੜਾ ਢੋਲਕੀ ਵਾਲਾ ਹੁਣ ਨਵਾਂ ਆਇਆ ਉਹਦੀ ਢੋਲਕੀ ਦੀ ਸੈਟਿੰਗ ਨਹੀਂ ਬੈਠ ਰਹੀ, ਤਾਂ ਕਰਕੇ 2010 ਦੇ ਵਿੱਚ ਮੈਨੂੰ ਦੁਬਾਰਾ ਲਿਆਂਦਾ ਗਿਆ ਜੀ। ਸਰਵਿੰਦਰ ਸਿੰਘ ਜੀ, ਇੱਕ ਸਿੱਖ ਹੋਣ ਦੇ ਨਾਤੇ ਤੁਸੀਂ ਸਿੱਖ ਹੋ, ਸਾਨੂੰ ਇਸ ਚੀਜ਼ 'ਤੇ ਬੜਾ ਮਾਣ ਆ ਕਿ ਤੁਹਾਨੂੰ ਇਹ ਨਹੀਂ ਲੱਗਦਾ ਕਿ ਇਹ ਗੱਲਾਂ ਉਸ ਵੇਲੇ ਤੁਹਾਨੂੰ ਮੀਡੀਆ ਦੇ ਸਾਹਮਣੇ ਲੈ ਕੇ ਆਉਣੀਆਂ ਚਾਹੀਦੀਆਂ ਸੀ, ਤਾਂ ਕਿ ਆਪਾਂ ਇਸ ਚੀਜ਼ ਨੂੰ ਇੱਥੇ ਤੱਕ ਆਉਣ ਤੋਂ ਉੱਥੇ ਪਹਿਲਾਂ ਰੋਕਦੇ? ਕਿਉਂਕਿ ਉੱਥੇ ਜਿਹੜਾ ਵੀ ਸਿੰਗਰ ਰਹਿ ਰਿਹਾ ਸਾਰੇ ਬਾਬੇ ਤੋਂ ਡਰਦੇ ਨੇ, ਕਿਉਂਕਿ ਬਾਬਾ ਪਾਵਰਫੁੱਲ ਆ, ਉਹਦੇ ਕੋਲੇ ਪੈਸਾ ਆਮ ਆ ਜੀ, ਉਸ ਦੀ ਗੱਲ ਜਿਹੜਾ ਵੀ ਕੋਈ ਉੱਥੋਂ ਕੋਈ ਸਿੰਘ ਕਰਦਾ ਉਹਦੇ ਪੂਰਾ ਕਟਾਪਾ ਚੜਦਾ, ਔਰ ਜਿਹੜਾ ਵੀ ਉੱਥੋਂ ਕੋਈ ਸਿੰਘ ਚਲਾ ਜਾਂਦਾ ਉਹਦੀ ਵੀ ਕੋਈ ਉੱਥੇ ਗੱਲ ਕਰ ਰਿਹਾ ਹੁੰਦਾ ਸਿੰਘ, ਉਹਨੂੰ ਉਹਦੇ ਦੇ ਉੱਤੇ ਪੂਰਾ ਕਟਾਪਾ ਚੜਦਾ ਜੀ। ਮੈਂ ਇਹੀ ਸਵਾਲ ਪਹਿਲਾਂ ਬੈਂਸ ਜੀ ਨੂੰ ਕੀਤਾ ਸੀ ਕਿ ਪਹਿਲਾਂ ਜਦੋਂ ਤੁਸੀਂ ਕਿਹਾ ਕਿ ਉਹ ਜਦੋਂ ਅਸੀਂ ਘਰੇ ਆਉਂਦੇ ਸੀ ਕੁੱਟਦੇ ਸੀ ਜਾਂ ਸਾਨੂੰ ਖਰਚਾ ਨਹੀਂ ਸੀ ਦਿੱਤਾ ਜਾਂਦਾ, ਉਦੋਂ ਤੁਸੀਂ ਕਿਉਂ ਇਹਨਾਂ ਕੋਲ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ?
ਉਦੋਂ ਸਾਰੇ ਡਰਦੇ ਸੀ, ਮੈਂ ਵੀ ਡਰਦਾ ਸੀਗਾ ਵੀ ਤੇ ਹੁਣ ਤੁਹਾਡਾ ਡਰ ਕਿਵੇਂ ਚੱਕਿਆ ਗਿਆ? ਸੁਖਵਿੰਦਰ ਸਿੰਘ ਜੀ ਹੁਣ ਤੁਹਾਡਾ ਡਰ ਕਿਵੇਂ ਚੱਕਿਆ ਗਿਆ? ਇਹ ਹੁਣ ਡਰ ਇਹ ਚੁੱਕਿਆ ਗਿਆ ਕਿਉਂਕਿ ਵਾਰ ਵਾਰ ਮੇਰੇ ਨਾਲ ਇਹ ਤਸ਼ੱਦਦ ਹੋਇਆ 2011 ਤੋਂ ਸ਼ੁਰੂ ਹੁੰਦਾ ਹੋਇਆ। ਉੱਥੇ ਮੈਂ ਬੁਲੰਦਪੁਰੀ ਸਾਹਿਬ ਰਹਿੰਦਾ ਸੀ, ਉੱਥੇ ਵੀ ਮੈਨੂੰ ਕੁਟਵਾਇਆ, ਹੁਣ ਇੱਥੋਂ ਚੁਕਵਾਇਆ ਆਪਣੇ ਚੀਮਾ ਸਾਹਿਬ ਤੋਂ ਚੁਕਵਾ ਕੇ ਉਹਨਾਂ ਨਾਲ ਰਲ ਮਿਲ ਕੇ। ਸੁਖਵਿੰਦਰ ਸਿੰਘ ਜੀ ਹੋਰ ਵੀ ਕੋਈ ਅਜਿਹਾ ਸਿੰਘ ਹੈਗਾ ਜਿਹੜਾ ਇਹ ਗੱਲ ਦੀ ਗਵਾਹੀ ਦੇਵੇ ਕਿ ਉੱਥੇ ਕੁੱਟ ਕਟਾਪਾ ਹੁੰਦਾ? ਕੋਈ ਹੋਰ ਬੰਦਾ ਵੀ ਤੁਹਾਡੇ ਨਾਲ ਆ ਕੇ ਇਸ ਗੱਲ ਦੀ ਹਾਮੀ ਭਰ ਸਕਦਾ ਹੈ? ਤੁਸੀਂ ਕਿਸੇ ਨੂੰ ਹੋਰ ਨੂੰ ਵੀ ਲੈ ਕੇ ਆ ਸਕਦੇ ਹੋ? ਉੱਥੇ ਕੋਈ ਹੋਰ ਇਹੋ ਜਿਹਾ ਸਿੰਘ ਕੋਈ ਨੀ ਹੈਗਾ, ਸਾਰੇ ਡਰਦੇ ਨੇ। ਜਿਹੜੇ ਮੇਰੇ ਨਾਲ ਉੱਥੋਂ ਕੱਢੇ ਸੀਗੇ 2011 ਦੀ 25 ਤਰੀਕ ਨੂੰ ਜੀ, ਉਹ ਸਿੰਘਾਂ ਨੇ ਵੀ ਮੈਂ ਪੁੱਛਿਆ ਸੀਗਾ ਵੀ ਏਦਾਂ ਖਬਰ ਲੱਗਣੀ ਆ। ਕਿੰਨੇ ਸਿੰਘ ਰਹਿੰਦੇ ਨੇ ਸੁਖਵਿੰਦਰ ਸਿੰਘ ਜੀ ਉੱਥੇ? ਉਹਨੇ ਵੀ ਮੈਨੂੰ ਪੁੱਛਿਆ ਸੀ ਤੇਰੇ ਨਾਲ ਜਿਹੜੇ ਸਿੰਘ ਉੱਥੋਂ ਆਏ ਸੀ ਸੁਖਵਿੰਦਰ ਸਿੰਘ ਜੀ ਉੱਥੇ ਕਿੰਨੇ ਸਿੰਘ ਰਹਿੰਦੇ ਨੇ? ਗੱਲ ਕਰਨ ਤੋਂ ਵੀ ਡਰਦੇ ਸੀ ਵੀ ਸਾਡੀ ਗੱਲ ਬਾਬੇ ਕੋਲੇ ਪਹੁੰਚ ਜੂ। ਮੈਂ ਸੁਖਵਿੰਦਰ ਜੀ ਤੁਹਾਡੀ ਸਾਰੀ ਸਰਕਾਰ ਸਾਨੂੰ ਇਹ ਧਮਕੀ ਦਿੱਤੀ ਸੀ ਤੁਹਾਡੀ ਸਾਰੀ ਇੰਟਰਵਿਊ ਮੈਂ ਸੁਖਵਿੰਦਰ ਸਿੰਘ ਜੀ ਮੈਂ ਤੁਹਾਡੀ ਸਾਰੀ ਇੰਟਰਵਿਊ ਸੁਣ ਚੁੱਕੇ ਹਾਂ। ਮੈਂ ਸਿਰਫ ਕੁਝ ਗੱਲਾਂ ਜਿਹੜੀਆਂ ਲੋਕਾਂ ਦੇ ਸਵਾਲ ਸਾਨੂੰ ਆਏ ਨੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ। ਮੈਂ ਪੁੱਛਣਾ ਚਾਹੁੰਦਾ ਕਿ ਉੱਥੇ ਟੋਟਲ ਕਿੰਨੇ ਸਿੰਘ ਰਹਿੰਦੇ ਨੇ? ਉੱਥੇ ਟੋਟਲ 25-30 ਸਿੰਘ ਰਹਿੰਦੇ ਨੇ ਜਿਹੜੇ ਜੱਥੇ ਵਿੱਚ ਨੇ ਜੀ, ਬਾਕੀ ਘੱਟੋ ਘੱਟ 70-75 ਸਿੰਘ ਨੇ ਜੀ, ਸਾਰੇ ਜਿਵੇਂ ਡਾਲੀ ਵਾਲੇ ਹੋ ਗਏ ਉੱਥੇ ਲੰਗਰ ਚ ਸੇਵਾ ਕਰਦੇ ਨੇ। ਇਹਦਾ ਮਤਲਬ ਟੋਟਲ 100 ਸਿੰਘ ਉੱਥੇ ਇਸ ਵੇਲੇ ਰਹਿ ਰਹੇ ਆ? 70-75 ਸਿੰਘ ਨੇ ਜੀ। ਸੁਖਵਿੰਦਰ ਸਿੰਘ ਜੀ ਟੋਟਲ ਤਕਰੀਬਨ 100 ਦੇ ਕਰੀਬ ਸਿੰਘ ਰਹਿ ਰਹੇ ਆ ਉੱਥੇ? ਹਾਂਜੀ ਹਾਂਜੀ ਹਾਂ। ਉਹ 100 ਦੇ ਵਿੱਚੋਂ ਇੱਕ ਵੀ ਇਨਸਾਨ ਬੋਲਣ ਲਈ ਤਿਆਰ ਨਹੀਂ ਹੈਗਾ ਇਸ ਵੇਲੇ? ਉੱਥੇ 100 ਦੇ ਵਿੱਚੋਂ ਇੱਕ ਵੀ ਬੋਲਣ ਦੇ ਤਿਆਰ ਨਹੀਂ ਹੈਗਾ, ਕਿਉਂਕਿ ਉਹ ਬੋਲਦੇ ਤਾਂ ਨਹੀਂ ਹੈਗੇ ਕਿਉਂਕਿ ਉਹਨਾਂ ਨੂੰ ਬਾਬਾ ਕੁਛ ਮਰਜ਼ੀ ਕਰਵਾ ਸਕਦਾ। ਮੇਰੇ ਤੇ ਹੁਣ ਅੱਤ ਦਾ ਤਸ਼ੱਦਦ ਹੋ ਚੁੱਕਿਆ ਸੀ। ਨਹੀਂ ਤੁਸੀਂ ਇਹ ਗੱਲ ਕਹੀ ਆ ਕਿ ਉਹ ਸਾਰਿਆਂ ਤੇ ਤਸ਼ੱਦਦ ਕਰਦੇ ਨੇ, ਜਿਹੜਾ ਉੱਥੇ ਹੋ ਰਿਹਾ ਉਹ ਮੈਂ ਹੁਣ ਮੀਡੀਆ ਦੇ ਵਿੱਚ ਲਿਜਾ ਕੇ। ਬਿਲਕੁਲ, ਅਸੀਂ ਤੁਹਾਡੀ ਆਵਾਜ਼, ਜੋ ਤੁਹਾਡੀ ਆਵਾਜ਼ ਆ ਪੂਰੀ ਦੁਨੀਆ ਦੇ ਵਿੱਚ ਇਹਨੂੰ ਪਹੁੰਚਾਵਾਂਗੇ। ਇਹ ਟੀਵੀ ਪੂਰੇ ਵਰਲਡ ਦੇ ਵਿੱਚ ਚੱਲ ਰਿਹਾ, ਸਾਡਾ ਰੇਡੀਓ ਪੂਰੇ ਵਰਲਡ ਦੇ ਵਿੱਚ ਚੱਲਦਾ, ਅਸੀਂ ਤੁਹਾਡੀ ਆਵਾਜ਼ ਨੂੰ ਪੂਰੀ ਦੁਨੀਆ 'ਚ ਪਹੁੰਚਾਵਾਂਗੇ। ਮੈਂ ਤੁਹਾਨੂੰ ਸਵਾਲ ਇਹ ਕਰ ਰਿਹਾ ਕਿ ਉਹਨਾਂ 100 ਸਿੰਘਾਂ ਦੇ ਵਿੱਚੋਂ ਸਿਰਫ ਇੱਕ ਤੁਸੀਂ ਉਹ ਜਿਹੜੇ ਆਵਾਜ਼ ਚੱਕ ਰਹੇ ਹੋ, ਹੋਰ ਕਿਸੇ ਸਿੰਘ ਦੇ ਵਿੱਚ ਕੋਈ ਅਜਿਹੀ ਹਿੰਮਤ ਨਹੀਂ ਜਿਹੜੀ ਇਸ ਚੀਜ਼ ਦੀ ਆਵਾਜ਼ ਚੱਕ ਸਕੇ? ਹਾਂਜੀ ਹਾਂਜੀ। ਅੱਛਾ ਸੁਖਵਿੰਦਰ ਸਿੰਘ, ਤੁਸੀਂ ਗੱਲ ਕੀਤੀ ਸੀ ਕਿ ਤੁਹਾਨੂੰ ਧਮਕੀਆਂ ਮਿਲਦੀਆਂ ਨੇ। ਅਸੀਂ ਆਪਣੇ ਜ਼ਰੀਏ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦਾ ਜਿਹੜਾ ਪੱਕਾ ਪ੍ਰੂਫ ਇਕੱਠਾ ਕੀਤਾ ਜਾ ਸਕੇ ਕਿ ਉਹ ਤੁਹਾਨੂੰ ਕਿਹੜੇ ਫੋਨ ਨੰਬਰ ਤੋਂ ਕਾਲ ਆਉਂਦੀਆਂ ਸੀ ਤੇ ਤੁਹਾਡਾ ਫੋਨ ਨੰਬਰ ਉਸ ਵੇਲੇ ਕੀ ਸੀ? ਜਿਹੜੀਆਂ ਇਹਨੇ ਧਮਕੀਆਂ ਦਿੱਤੀਆਂ ਪਹਿਲਾਂ ਮੈਨੂੰ ਡੇਰੇ 'ਚ ਦਿੱਤੀਆਂ ਜੀ ਵੀ ਬਾਹਰ ਕੋਈ ਗੱਲ ਨਹੀਂ ਕਰੀ, ਫਿਰ ਮੇਰੇ ਘਰ ਜਾ ਕੇ ਜਦੋਂ ਮੈਨੂੰ ਛੱਡਣਗੇ ਉਦੋਂ ਧਮਕੀ ਦਿੱਤੀ, ਆ ਫਿਰ 5 ਤਰੀਕ ਨੂੰ ਜਦੋਂ ਆਪਣਾ ਮੈਂ ਡਾਕਟਰੀ ਮੋਹਣ ਤੁਸੀਂ ਗੱਲ ਸੁਖਵਿੰਦਰ ਸਿੰਘ ਜੀ ਘਰ ਛੱਡਣ ਦੀ ਕੀਤੀ ਆ, ਤੁਹਾਨੂੰ ਇਹ ਘਰ ਛੱਡ ਕੇ ਆਏ ਸੀ? ਮੈਨੂੰ ਘਰ ਛੱਡ ਕੇ ਆਏ ਜੀ, ਤਾਂ ਛੱਡ ਕੇ ਵੀ ਇਹਦੇ ਘਰਦਿਆਂ ਨੂੰ ਅਸੀਂ ਧਮਕੀ ਦੇ ਸਕੀਏ, ਉੱਥੇ ਵੀ ਘਰਦਿਆਂ ਨੂੰ ਮੇਰੇ ਧਮਕੀਆਂ ਦਿੱਤੀਆਂ ਜੀ। ਪਰ ਸੁਖਵਿੰਦਰ ਸਿੰਘ ਜੀ ਨਾਲ ਸਵਾਲ ਇਹ ਉੱਠਦਾ ਕਿ ਜੇ ਤੁਹਾਨੂੰ ਘਰੇ ਛੱਡ ਕੇ ਆਏ ਸੀ ਤਾਂ ਤੁਹਾਡੇ ਘਰਦਿਆਂ ਨੂੰ ਇਹ ਕਿੱਥੋਂ ਸ਼ੱਕ ਪੈ ਗਈ ਕਿ ਇਹਨਾਂ ਨੇ ਗਵਾਹ ਕੀਤਾ ਦੁਬਾਰਾ? ਕਿੱਦਾਂ ਜੀ? ਜੇ ਤੁਹਾਨੂੰ ਇਹ ਘਰੇ ਛੱਡ ਕੇ ਆਏ ਸੀ ਤਾਂ ਫਿਰ ਤੁਹਾਡੇ ਪੇਰੈਂਟਸ ਨੂੰ ਇਹ ਸ਼ੱਕ ਕਿੱਥੋਂ ਪੈ ਗਿਆ ਕਿ ਇਹਨਾਂ ਨੇ ਅਗਵਾਹ ਤੁਹਾਨੂੰ ਕਰਵਾਇਆ? ਕਿਉਂਕਿ 2011 ਦੀ ਜਨਵਰੀ ਨੂੰ 25 ਜਨਵਰੀ ਨੂੰ ਮੈਨੂੰ ਘਰ ਛੱਡ ਕੇ ਜੀ, ਉਸ ਤੋਂ ਬਾਅਦ ਮੇਰਾ ਨਾਲ ਇਹਨਾਂ ਨਾਲ ਕੋਈ ਲਿੰਕ ਨਹੀਂ ਰਿਹਾ ਜੀ। ਉਸ ਤੋਂ ਬਾਅਦ ਮੈਂ ਵੱਖ ਵੱਖ ਸਾਥੀ ਜਿਵੇਂ ਬੁਲੰਦਪੁਰੀ ਨਵਾਂ ਨਾਨਕ ਸਾਹਿਬ ਉੱਥੇ ਡਿਊਟੀ ਕਰਦਾ ਸੀਗਾ ਜੀ, ਫਿਰ ਇੱਥੇ ਚੀਮਾ ਸਾਹਿਬ ਉੱਥੇ ਡਿਊਟੀ ਕਰਦਾ ਸੀਗਾ ਜੀ, ਕਿਉਂਕਿ ਸ਼ੱਕ ਇਹਦੇ ਉੱਤੇ ਇਹ ਸੀਗਾ ਕਿਉਂਕਿ ਜਿਹੜਾ ਚੋਰੀ ਦਾ ਮੇਰੇ ਤੇ ਪੁੱਛ ਰਹੇ ਸੀ ਵਾਰ ਵਾਰ ਮੈਨੂੰ ਪੁੱਛ ਰਹੇ ਸੀਗੇ ਪਹਿਲਾਂ ਵੀ ਮੈਨੂੰ ਚੋਰੀ ਤੁਹਾਨੂੰ ਚੋਰੀ ਦੇ ਬਾਰੇ। ਸੁਖਵਿੰਦਰ ਸਿੰਘ ਜੀ ਮੈਂ ਇੱਕ ਸਵਾਲ ਕੀਤਾ ਸੀ, ਸੁਖਵਿੰਦਰ ਸਿੰਘ ਜੀ ਮੈਂ ਸਵਾਲ ਕੀਤਾ ਸੀ ਤੁਹਾਨੂੰ ਇੱਕ ਕਿ ਤੁਹਾਡਾ ਫੋਨ ਨੰਬਰ ਕੀ ਸੀ ਉਦੋਂ? ਕਦੋਂ ਜੀ? ਜਦੋਂ ਤੁਹਾਨੂੰ ਫੋਨ ਤੇ ਧਮਕੀਆਂ ਮਿਲੀਆਂ ਨੇ? ਇਹਨਾਂ ਨੇ ਫੋਨ ਤੇ ਮੈਨੂੰ ਕਿਸੇ ਨੇ ਕੋਈ ਧਮਕੀ ਨਹੀਂ ਦਿੱਤੀ, ਮੈਂ ਫੋਨ ਬਾਰੇ ਕਿਸੇ ਨੂੰ ਕੁਛ ਨਹੀਂ ਕਿਹਾ ਵੀ ਮੈਨੂੰ ਫੋਨ ਤੇ ਧਮਕੀਆਂ ਦਿੱਤੀਆਂ ਨੇ ਜੀ। ਤੁਸੀਂ ਕੱਲ ਇਹ ਕਿਹਾ ਸੀ ਜੇ ਮੈਂ ਗਲਤ ਨਹੀਂ, ਸ਼ਾਇਦ ਮੈਂ ਗਲਤ ਹੋਵਾਂ,
ਜਾਂ ਤੁਸੀਂ ਤੁਹਾਡੀ ਰਿਕਾਰਡਿੰਗ ਦੇ ਵਿੱਚ ਇਹ ਕਿਹਾ ਕਿ ਮੈਨੂੰ ਫੋਨ 'ਤੇ ਇਹਨਾਂ ਦੇ ਬੰਦੇ ਧਮਕੀਆਂ ਦਿੰਦੇ ਸੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਕਿ ਉਹ ਕਿਹੜੇ ਫੋਨ ਨੰਬਰਾਂ ਤੋਂ ਆਈਆਂ ਸੀ ਜਾਂ ਤੁਹਾਡਾ ਕਿਹੜਾ ਨੰਬਰ ਸੀ? ਮੈਂ ਤਾਂ ਕਦੇ ਇਹ ਗੱਲ ਕਹੀ ਨਹੀਂ ਵੀ ਮੈਨੂੰ ਫੋਨ 'ਤੇ ਧਮਕੀਆਂ ਦਿੱਤੀਆਂ ਜੀ, ਨਾ ਕੋਈ ਮੇਰਾ ਇਹਨਾਂ ਨੇ ਫੋਨ 'ਤੇ ਮੈਨੂੰ ਓਪਰੇਟ ਕੀਤਾ ਗਾ। ਅੱਛਾ, ਮੈਂ ਗੱਲ ਸੁਖਵਿੰਦਰ ਜੀ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੂੰਗਾ, ਤੁਸੀਂ ਗੱਲ ਕਰ ਰਹੇ ਸੀਗੇ ਕਿ ਤੁਹਾਨੂੰ ਜਦੋਂ ਇਹਨਾਂ ਨੇ ਚੱਕਿਆ ਤਾਂ ਤੁਹਾਡੇ 'ਤੇ ਤਸ਼ੱਦਦ ਕੀਤਾ ਗਿਆ, ਰਾਈਟ? ਹਾਂਜੀ। ਅੱਛਾ ਜੀ, ਸੁਖਵਿੰਦਰ ਸਿੰਘ ਜੀ ਚੁੱਕੋ। ਹਾਂਜੀ ਹਾਂਜੀ, ਠੀਕ ਆ ਜੀ, ਮੈਂ ਸਾਰੀ ਬਿਲਕੁਲ ਤੁਹਾਡੀ ਸਟੋਰੀ ਸੁਣ ਚੁੱਕੇ ਹਾਂ, ਅਸੀਂ ਉਹਨੂੰ ਵੀ ਦਿਖਾਵਾਂਗੇ ਕਿਉਂਕਿ ਸਾਨੂੰ ਜ਼ਰੂਰੀ ਸੀ ਕਿ ਅਸੀਂ ਤੁਹਾਡੇ ਪਹਿਲਾਂ ਵਿਊ ਆਪਣੇ ਲੈ ਸਕੀਏ। ਸੁਖਵਿੰਦਰ ਜੀ, ਤੁਸੀਂ ਕਿਹਾ ਕਿ ਤੁਹਾਨੂੰ ਉਹ ਚੱਕ ਕੇ ਛੱਤ ਨਾਲ ਮਾਰਦੇ ਸੀ, ਤੁਹਾਡੀਆਂ ਲੱਤਾਂ ਖਿੱਚੀਆਂ ਗਈਆਂ, ਵੱਖ ਵੱਖ ਥਾਵਾਂ 'ਤੇ ਕਰੰਟ ਲਾਇਆ ਗਿਆ, ਇਹ ਸੱਚ ਆ ਜੀ? ਹਾਂ ਜੀ ਸੱਚ ਆ ਜੀ। ਇਹ ਜਦੋਂ ਤੁਹਾਨੂੰ ਪਧਿਆਣ ਵਾਲੀ ਪੁਲਿਸ ਨੇ ਫੜਿਆ ਉਹ ਤੋਂ ਕਿੰਨੇ ਦਿਨ ਪਹਿਲਾਂ ਦੀ ਗੱਲ ਆ ਇਹ? ਕਿੱਥੇ ਦੀ ਪੁਲਿਸ ਨੇ ਜੀ? ਜਦੋਂ ਤੁਹਾਨੂੰ ਹੁਣ ਇਹਨਾਂ ਦੇ ਬੰਦਿਆਂ ਨੇ ਕਿਹਾ ਕਿ ਇਹ ਬੰਦਾ ਇੱਥੇ ਘੁੰਮਦਾ ਫਿਰ ਰਿਹਾ ਹੈਗਾ, ਇਹਨੂੰ ਤੁਹਾਨੂੰ ਪੁਲਿਸ ਨੇ ਫੜਿਆ ਕਿ ਬੱਸ 'ਚੋਂ ਲਾਇਆ, ਇਹ ਉਸ ਦਿਨ ਤੋਂ ਕਿੰਨੇ ਦਿਨ ਪਹਿਲਾਂ ਦੀ ਗੱਲ ਆ? ਇਹ ਉਸ ਤੋਂ ਜਿਵੇਂ ਹੁਣ 23 ਤਰੀਕ ਨੂੰ ਮੈਨੂੰ ਚੁੱਕਿਆ, 24 ਤਰੀਕ ਤੇ ਮੇਰੇ ਤਸੱਦਦ ਹੋਇਆ, 25 ਤਰੀਕ ਨੂੰ ਹੋਇਆ, 26 ਨੂੰ ਹੋਇਆ, 27 ਨੂੰ ਹੋਇਆ, 28 ਤਰੀਕ ਨੂੰ ਮੇਰੇ ਕੇਸ ਕੱਟੇ ਗਏ ਜੀ। ਇਹਨਾਂ ਨੇ ਜਦੋਂ ਹਾਈ ਕੋਰਟ ਤੋਂ ਪਤਾ ਲੱਗਾ ਵੀ ਰੇਡਾਂ ਪੈਣ ਲੱਗੀਆਂ, ਸਾਰੇ ਥਾਣਿਆਂ 'ਚ ਰੇਡਾਂ ਪੈਂਦੀਆਂ ਨੇ, ਇਹਨਾਂ ਨੇ 30 ਤਰੀਕ ਨੂੰ ਇਹ ਪ੍ਰੂਫਿਟ ਕਰਤਾ ਵੀ ਇੱਥੇ ਚੰਨੋ ਦਾ ਨਿਰਮਲ ਸਿੰਘ ASI ਉਹਨੇ ਫੜਿਆ ਜੀ ਇਹਨੂੰ। ਐਂ ਵੀ ਲਿਖਿਆ ਵੀ 400 ਕਰੰਸੀ ਇਹਦੇ ਕੋਲੋਂ ਫੜੀ ਆ, ਇੱਕ ਛੁਰੀ ਫੜੀ ਆ, ਇਹ ਵੀ ਲਿਖਿਆ ਜੀ। ਅਵਾਰਾ ਗਰਦੀ ਘੁੰਮਦਾ ਸਵੇਰੇ 4 ਵਜੇ ਫੜਿਆ। ਮੈਂ ਸੁਖਵੰਤ ਸਿੰਘ ਜੀ ਕੁਐਸਚਨ ਇਹ ਕੀਤਾ ਸੀ ਸੁਖਵਿੰਦਰ ਸਿੰਘ ਜੀ ਵੀ ਕਿੰਨੇ ਦਿਨ ਪਹਿਲਾਂ ਦੀ ਗੱਲ ਆ, ਉਸ ਤੋਂ ਇਹ ਹਫ਼ਤਾ ਪਹਿਲਾਂ ਦੀ ਗੱਲ ਆ, 4 ਦਿਨ ਦੀ, 10 ਦਿਨ ਦੀ? ਅੱਛਾ, ਮੈਂ ਤੁਹਾਨੂੰ ਸਵਾਲ ਇਹ ਕਰੂੰਗਾ, ਮੈਨੂੰ ਗਲਤ ਨਾ ਮੰਨਿਓ, ਇੱਕ ਸੱਚਾਈ ਨੂੰ ਸਾਹਮਣੇ ਲਿਆਉਣ ਦੇ ਲਈ ਕੁਛ ਕਹਿਰੀਆਂ ਗੱਲਾਂ ਜਾਂ ਕੁਛ ਸੱਚੀਆਂ ਗੱਲਾਂ ਸਾਨੂੰ ਲੋਕਾਂ ਸਾਹਮਣੇ ਲਿਆਉਂਦੀਆਂ ਪੈਣਗੀਆਂ, ਤਾਂ ਕਿ ਜੋ ਤੁਹਾਡੇ ਨਾਲ ਹੋ ਚੁੱਕਿਆ ਉਹਦਾ ਆਪਾਂ ਇਨਸਾਫ ਦਵਾ ਚੱਕੀਏ। ਤੁਸੀਂ ਕਿਹਾ ਕਿ ਤੁਹਾਡੇ ਨਾਲ ਬਹੁਤ ਬਹੁਤ ਸਿੱਦਤ ਕੀਤਾ ਗਿਆ, ਠੀਕ ਹੈ ਜੀ? ਤੁਸੀਂ ਆਪ ਜਾਣਦੇ ਹੋ, ਬੈਂਸ ਸਾਹਿਬ ਆਪ ਵਕੀਲ ਨੇ, ਕਿ ਜਦੋਂ ਪੁਲਿਸ ਕਿਸੇ ਨੂੰ ਇੰਟੈਰੋਗੇਟ ਕਰਦੀ ਆ ਕਿ ਉਹ ਬੰਦਾ 10 ਦਿਨਾਂ ਬਾਅਦ ਆਪ ਬੱਸ ਚੜ੍ਹ ਕੇ ਜਾਣ ਦੇ ਯੋਗ ਹੋ ਜਾਂਦਾ, ਇਹਦੇ ਬਾਰੇ ਕੁਝ ਜਾਣਕਾਰੀ ਦੇਣਗੇ? ਨਹੀਂ ਜੀ, ਕਿਉਂਕਿ ਜਦੋਂ ਮੈਂ ਹੈ ਹੀ ਨਹੀਂ ਸੀ ਕਿਸੇ ਬੱਸ ਵਿੱਚ, ਮੈਂ ਤਾਂ ਇਹਨਾਂ ਨੇ ਬੇਹੋਸ਼ੀ ਦੀ ਹਾਲਤ ਵਿੱਚ 30 ਤਰੀਕ ਨੂੰ ਉੱਥੋਂ ਕੌਰੀਆਂ ਥਾਣੇ ਵਿੱਚੋਂ ਲੈ ਕੇ ਜੀ, ਵੈਸੇ ਆਪਣੇ ਪ੍ਰਤੀ ਆਪ ਇਹਨਾਂ ਨੇ ਡਾਕਟਰੀ ਮੁਆਇਨਾ ਕਿਸੇ ਆਪਣੇ ਡਾਕਟਰ ਤੋਂ ਕਰਵਾ ਕੇ। ਅੱਛਾ, ਜਿਹੜਾ ਤੁਹਾਡਾ ਡਾਕਟਰੀ ਮੁਆਇਨੇ ਦੀ ਗੱਲ ਕਰ ਰਹੇ ਹੋ, ਉਹ ਡਾਕਟਰੀ ਮੁਆਇਨਾ ਕਿੱਥੇ ਹੋਇਆ ਤੁਹਾਡਾ? ਇਹਨਾਂ ਨੇ ਮੈਨੂੰ 30 ਤਰੀਕ ਨੂੰ ਉੱਥੇ ਬੇਹੋਸ਼ੀ ਦੀ ਹਾਲਤ ਵਿੱਚ ਏਦਾਂ ਹੀ ਛੱਡਿਆ ਸੀ ਜੇਲ੍ਹ 'ਚ ਜੀ। ਉੱਥੇ ਜੇਲ੍ਹ 'ਚ ਫਿਰ ਮੈਨੂੰ ਕੈਦੀਆਂ ਨੇ ਵੀ ਕੁੱਟਿਆ ਵੀ ਇਹ ਜਾਣ ਕੇ, ਉਹਨਾਂ ਨੂੰ ਇਹ ਕਹਿ ਕੇ ਅਸੀਂ ਵੀ ਟਕਵੰਜ ਕਰਦਾ, ਇਹ ਮਸਲਾ ਬਣਿਆ ਉੱਥੇ ਵੀ ਮੈਨੂੰ ਕੈਦੀਆਂ ਨੇ ਕੁੱਟਿਆ। ਕਿਹੜੀ ਜੇਲ੍ਹ ਦੀ ਗੱਲ ਕਰ ਰਹੇ ਹੋ ਤੁਸੀਂ ਸੁਖਵਿੰਦਰ ਸਿੰਘ ਜੀ? ਕਿਹੜੀ ਜੇਲ੍ਹ ਦੀ ਗੱਲ ਕਰ ਰਹੇ ਹੋ? ਸੰਗਰੂਰ ਜੇਲ੍ਹ ਦੀ ਜੀ। ਅੱਛਾ, ਉੱਥੇ ਤੁਹਾਨੂੰ ਕੈਦੀਆਂ ਨੇ ਵੀ ਕੁੱਟਿਆ, ਤੇ ਤੁਹਾਡਾ ਮੁਆਇਨਾ ਕਿੱਥੇ ਕਰਾਇਆ ਗਿਆ? ਮੁਆਇਨਾ ਮੇਰਾ ਪੁਲਿਸ ਨੇ ਆਪਣੇ ਇੱਥੇ ਭਵਾਨੀਗੜ੍ਹ ਕਿਸੇ ਹਸਪੀਟਲ ਤੋਂ ਕਰਾਇਆ ਜੀ, ਇਹ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਬੇਹੋਸ਼ੀ ਦੀ ਹਾਲਤ ਵਿੱਚ ਸੀਗਾ। ਅੱਛਾ, ਜਦੋਂ ਤੁਸੀਂ ਬੇਹੋਸ਼ ਸੀ ਤਾਂ ਤੁਹਾਨੂੰ ਇਹ ਕਿਵੇਂ ਪਤਾ ਲੱਗਿਆ ਕਿ ਤੁਹਾਡੇ ਕੇਸ ਕਤਲ ਕਰ ਦਿੱਤੇ ਗਏ ਨੇ? ਉਦੋਂ ਕਿਉਂਕਿ ਮੈਨੂੰ ਹੋਸ਼ ਕੁਛ ਆਉਂਦੀ ਸੀਗੀ, ਕੁਛ ਟਾਈਮ ਮੈਨੂੰ ਹੋਸ਼ ਆਉਂਦੀ ਸੀਗੀ, ਉਦੋਂ ਮੈਨੂੰ ਪਤਾ ਲੱਗਿਆ ਵੀ ਇਹ ਕੇਸ ਕੱਟ ਰਹੇ ਨੇ। ਉਦੋਂ ਇਹ ਵੀ ਆਵਾਜ਼ ਮੈਨੂੰ ਸੁਣਦੀ ਸੀਗੀ ਵੀ ਬਾਬੇ ਦਾ ਹੁਕਮ ਆਇਆ, ਸਰਦਾਰ ਕੀ ਉਹਦਾ ਨੂੰ ਗੁਰਦੇਵ ਸਿੰਘ SHO ਧਾਲੀਵਾਲ, ਉਹ ਮੈਨੂੰ ਉਹ ਕਹਿ ਰਿਹਾ ਸੀਗਾ ਵੀ ਬਾਬੇ ਦਾ ਇਹ ਹੁਕਮ ਆ ਵੀ ਇਹਦੇ ਕੇਸ ਕੱਟ ਲਗਾ ਕੇ, ਦਾੜੀ ਕਤਲ ਕਰਕੇ, ਕਲੀਨ ਸੇਵ ਕਰਕੇ ਮਾਰ ਕੇ ਇਹਨੂੰ ਕਿਸੇ ਵਿਰਾਨ ਜਗ੍ਹਾ 'ਚ ਸੁੱਟੇ ਹੋ ਜੇ। ਜਦੋਂ ਸਾਡੀ ਰਣਜੀਤ ਸਿੰਘ ਬਾਬਾ ਉਹਨਾਂ ਨਾਲ ਗੱਲ ਹੋਈ, ਉਹ ਕਹਿੰਦੇ ਗੁਰਦੇਵ ਸਿੰਘ ਨਾਂ ਦਾ ਕੋਈ ਆਫੀਸਰ ਹੀ ਹੈ ਨਹੀਂ, ਜੇ ਕੋਈ ਆਫੀਸਰ ਹੋਊਗਾ ਤਾਂ ਅਸੀਂ ਉਸ 'ਤੇ ਕੇਸ ਕਰਨ ਨੂੰ ਤਿਆਰ ਹਾਂ, ਅਸੀਂ ਕੇਸ ਕਰਾਂਗੇ ਕਿਉਂਕਿ ਮੈਂ 13 ਸਾਲਾਂ ਦੇ ਵਿੱਚ ਕੇਸ ਰਖਵਾਏ ਨੇ, ਮੈਂ ਕਟਵਾਏ ਨਹੀਂ। ਮੈਂ ਆਪਣੇ ਪਹਿਲੇ ਸਵਾਲ ਦਾ ਜਵਾਬ ਤੁਹਾਡੇ ਤੋਂ ਜਾਣਨ ਦੀ ਕੋਸ਼ਿਸ਼ ਕਰੂੰਗਾ
ਕਿ ਜਦੋਂ ਤੁਹਾਨੂੰ ਇਹਨਾਂ ਦੇ ਸਿੰਘਾਂ ਨੇ ਦੱਸਿਆ ਜਾਂ ਇਹਨਾਂ ਦੇ ਸਿੰਘਾਂ ਨੇ ਫੜ ਕੇ ਲਾਇਆ ਬੱਸ ਦੇ ਵਿੱਚੋਂ, ਉਸ ਕਿਹੜੇ ਦਿਨ ਦੀ ਗੱਲ ਆ ਤੇ ਉਦੋਂ ਤੁਹਾਨੂੰ ਕਿੱਥੇ ਲਿਜਾਇਆ ਗਿਆ? ਉਦੋਂ ਮੈਨੂੰ ਸੀ ਆਈ ਸਟਾਫ ਲੱਡਾ ਕੋਠੀ ਚ ਲੈ ਕੇ ਗਿਆ ਜੀ। ਪਰ ਜਿਹੜੀ ਇਹਨਾਂ ਦੀ ਰਿਪੋਰਟ ਮੁਤਾਬਕ ਉੱਥੇ ਜੋ ਤੁਹਾਨੂੰ ਪਧਿਆਣਾ ਜਿਹੜੀ ਚੌਂਕੀ ਆ ਜਿੱਥੇ ਤੁਹਾਨੂੰ ਲਿਜਾਇਆ ਗਿਆ, ਤੇ ਉੱਥੇ ਤੁਹਾਡੇ ਬਿਆਨ ਵੀ ਹੋਏ ਨੇ ਕਿ ਮੈਂ ਕੋਈ ਕੇਸ ਨਹੀਂ ਕੀਤਾ, ਮੇਰੇ ਮਾਂ ਬਾਪ ਨੇ ਗਲਤੀ ਨਾਲ ਕੇਸ ਕੀਤਾ ਗਿਆ, ਤੇ ਉਹ ਉੱਥੇ ਦਾ SHO ਆਪਣੀ ਰਿਪੋਰਟ ਦੇਣ ਲਈ ਵੀ ਤਿਆਰ ਆ ਕਿ ਜਦੋਂ ਤੁਸੀਂ 4 ਦਿਨ ਪਹਿਲਾਂ, ਮੈਂ ਗੱਲ ਕਰੂੰਗਾ 3-4 ਤਰੀਕ ਦੀ, ਤੁਸੀਂ ਉੱਥੇ ਗਏ ਹੋ ਤਾਂ ਤੁਸੀਂ ਬਿਲਕੁਲ ਕੇਸ ਤੁਹਾਡੇ ਰੱਖੇ ਸੀ, ਤੁਸੀਂ ਸਾਬਤ ਸੂਰ ਸੀ, ਤੁਹਾਡਾ ਬਿਲਕੁਲ ਕੋਈ ਸਰੀਰ 'ਤੇ ਝਰੀਟ ਨਹੀਂ ਸੀ, ਤੁਸੀਂ ਇਹਦੇ ਬਾਰੇ ਕੀ ਕਹੇਂਗੇ ਹੋ? ਕੌਣ ਕਹਿ ਰਿਹਾ ਜੀ ਇਹ, ਤੁਹਾਨੂੰ ਕੌਣ ਦੇ ਰਿਹਾ ਰਿਪੋਰਟ? ਇਹ ਰਿਪੋਰਟ ਉੱਥੇ ਦਾ ਜਿਹੜਾ ਇੰਚਾਰਜ ਆ, ਜਦੋਂ ਤੁਸੀਂ ਤੁਹਾਨੂੰ ਬਾਬਾ ਦੇ ਸਿੰਘਾਂ ਨੇ ਦੇਖਿਆ ਕਿ ਤੁਸੀਂ ਬੱਸ ਦੇ ਵਿੱਚ ਆਪਣੇ ਭਰਾ ਨਾਲ ਜਾ ਰਹੇ ਹੋ, ਤੁਹਾਨੂੰ ਉੱਥੇ ਦੇਖਿਆ ਗਿਆ ਅਤੇ ਉਹਨਾਂ ਨੇ ਤੁਹਾਨੂੰ ਉੱਥੇ ਲੈ ਕੇ ਗਏ, ਪੁਲਿਸ ਵਾਲਿਆਂ ਨੂੰ ਦੱਸਿਆ ਗਿਆ, ਇਨਫੋਰਮ ਕੀਤਾ ਗਿਆ, ਤਾਂ ਉਹ ਪੁਲਿਸ ਵਾਲੇ ਰਿਪੋਰਟ ਦੇ ਰਹੇ ਨੇ? ਉਹ ਪੁਲਿਸ ਵਾਲੇ ਮੇਰੇ ਸਾਹਮਣੇ ਲਿਆਓ ਜੀ, ਵੀ ਜਿਹੜੇ ਰਿਪੋਰਟ ਦੇ ਰਹੇ ਨੇ ਮੇਰੇ ਸਾਹਮਣੇ ਲਿਆਓ ਜੀ। ਉਹ ਅਸੀਂ ਇਸੇ ਕਰਕੇ ਤੁਹਾਤੋਂ ਸਾਰੀ ਸੱਚ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿ ਮੇਰੀ ਗੱਲ ਆ ਬਿਲਕੁਲ ਸੱਚੀ ਨੂੰ ਸੱਚੀ ਸਾਬਤ ਕੀਤਾ ਜਾ ਸਕੇ, ਤਾਂ ਕਿ ਜੋ ਸੱਚ ਆ ਉਹ ਅਸੀਂ ਬਿਲਕੁਲ ਦੁਨੀਆ ਦੇ ਸਾਹਮਣੇ ਲਿਆ ਸਕੀਏ। ਵੀਰ ਜੀ ਮੇਰੀ ਗੱਲ ਸੁਣੋ, ਉੱਥੇ ਪੁਲਿਸ ਵਾਲਿਆਂ ਨੇ ਮੇਰੇ ਕੇਸ ਖੋਲ ਕੇ ਦੇਖੇ ਸੀ, ਇਹ ਦੱਸੋ ਪਹਿਲਾਂ। ਨਹੀਂ, ਜੋ ਅਸੀਂ ਮੈਂ ਅਸੀਂ ਇਸੇ ਕਰਕੇ ਤੁਹਾਨੂੰ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦੇਖੋ, ਮੈਂ ਬੈਂਸ ਸਾਹਿਬ ਨਾਲ ਗੱਲ ਕੀਤੀ ਸੀ, ਉਹ ਪੁਲਿਸ ਅਫਸਰ ਆਪਣੀ, ਮੈਨੂੰ ਨਹੀਂ ਪਤਾ ਕਿਉਂ, ਉਹ ਪੁਲਿਸ ਅਫਸਰ ਆਪਣੀ ਇੰਟਰਵਿਊ ਦੇਣ ਦੇ ਲਈ ਤਿਆਰ ਆ, ਅਤੇ ਕੁਛ ਸਾਡੀਆਂ ਟੀਮਾਂ ਜਿਹੜੀਆਂ ਉਹ ਪੰਜਾਬ ਪਹੁੰਚ ਚੁੱਕੀਆਂ ਨੇ, ਉਹ ਇੰਟਰਵਿਊ ਲੈ ਰਹੀਆਂ ਨੇ ਵੱਖ ਵੱਖ ਥਾਵਾਂ ਤੋਂ ਕਿ ਇਹਦੇ ਪਿੱਛੇ ਕੀ ਕੀ ਰਾਜ ਆ, ਕੌਣ ਇਸ ਕੀ ਸੱਚਾਈ ਕੀ ਆ, ਅਤੇ ਉਹ ਇਹ ਮੈਂ ਪੁੱਛਣਾ ਚਾਹੁੰਦੀ ਸੀ ਕਿ ਇਹ ਉਹ ਜਿਹੜੇ ਬਿਆਨ ਆਪਣੇ ਦੇਣ ਲੱਗਿਆ ਉਹ, ਜਾਂ ਉਹ ਇੰਟਰਵਿਊ ਦੇਣ ਲੱਗਿਆ, ਸਾਡੇ ਕੋਲ ਕੁਛ ਟਾਈਮ ਤੱਕ ਸ਼ਾਇਦ ਉਹ ਵੀ ਜਿਹੜੀ ਹੈਗੀ ਆ, ਮੈਂ ਸਾਹਿਬ ਸਿੰਘ ਨੂੰ ਦੱਸ ਦੇਣਾ ਚਾਹੁੰਦਾ ਕਿ ਮੂਵੀ ਪਹੁੰਚ ਜੂਗੀ, ਅਸੀਂ ਤੁਹਾਡੇ ਕਚਹਿਰੀ 'ਚ ਉਹ ਵੀ ਰੱਖਾਂਗੇ। ਉਹ ਕਿਸ ਵੇਸ਼ 'ਤੇ ਇਹ ਗੱਲਾਂ ਕਹਿ ਰਹੇ ਨੇ ਕਿ ਜਦੋਂ ਤੁਸੀਂ ਕਹਿ ਰਹੇ ਹੋ ਕਿ 30 ਤਰੀਕ ਤੱਕ ਤਾਂ ਤੁਹਾਡੇ 'ਤੇ ਇੰਟੈਰੋ ਤੁਹਾਨੂੰ ਟਾਰਚਰ ਕੀਤਾ ਗਿਆ, ਤੁਹਾਨੂੰ ਕੁੱਟਿਆ ਮਾਰਿਆ ਗਿਆ, ਤਸੱਦਦ ਕੀਤਾ ਗਿਆ, ਕੁਛ ਦਿਨਾਂ ਬਾਅਦ ਤੁਸੀਂ ਬੱਸ ਦੇ ਵਿੱਚ ਆਪਣੇ ਭਰਾ ਨਾਲ ਜਾ ਰਹੇ ਹੋ, ਜੋ ਸਾਡੇ ਕੋਲ ਰਿਪੋਰਟ ਆ ਰਹੀ ਆ, ਅਤੇ ਤੁਹਾਨੂੰ ਉੱਥੋਂ ਉਹਨਾਂ ਨੇ ਸਿੰਘਾਂ ਨੇ ਕਿਹਾ ਕਿ ਇਸ ਬੰਦੇ ਨੇ ਤਾਂ ਸਾਡੇ 'ਤੇ ਅਗਵਾ ਦਾ ਕੇਸ ਕੀਤਾ, ਬੰਦਾ ਇੱਥੇ ਘੁੰਮ ਰਿਹਾ, ਤਾਂ ਫਿਰ ਤੁਹਾਨੂੰ ਉੱਥੇ ਦੀ ਜਿਹੜੀ ਨੇੜੇ ਦੀ ਚੌਂਕੀ ਆ ਉੱਥੇ ਲਿਜਾਇਆ ਗਿਆ, ਅਤੇ ਤੁਹਾਡੇ ਬਿਆਨ ਲੈ ਗਏ ਨੇ, ਅਤੇ ਤੁਹਾਨੂੰ ਬਿਆਨ ਤੋਂ ਬਾਅਦ ਛੱਡਿਆ ਗਿਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੇਂਗੇ? ਕਿਉਂਕਿ ਉਹ ਸਾਨੂੰ ਆਪਣੀ ਕੁਛ ਪਲਾਂ ਦੇ ਵਿੱਚ ਆਪਣੀ ਮੂਵੀ ਭੇਜਣ ਲੱਗੇ ਨੇ ਉੱਥੋਂ, ਉਸ ਰਿਪੋਰਟ ਦੀ ਸਾਡੀ ਟੀਮ ਜੀ ਮੈਨੂੰ 30 ਤਰੀਕ ਨੂੰ ਪੁਲਿਸ ਵਿੱਚ ਉੱਥੇ ਥਾਣੇ ਆਪਣਾ ਕੀ ਆ ਸੰਗਰੂਰ ਆ ਜਿਹੜੇ ਵਿੱਚ ਬੰਦ ਕਰਤਾ ਜੀ, 1 ਤਰੀਕ ਨੂੰ ਮੇਰੇ ਘਰ ਦੇ ਮੁਲਾਕਾਤ ਕਰਕੇ, 2 ਤਰੀਕ ਨੂੰ ਮੈਨੂੰ ਜ਼ਮਾਨਤ ਤੇ ਬਾਹਰ ਲਿਆਂਦਾ ਜੀ, 3 ਤਰੀਕ ਨੂੰ, 4 ਤਰੀਕ ਨੂੰ ਮੈਂ ਬੇਹੋਸ਼ ਵੀ ਸੀਗਾ, ਮੇਰਾ ਡਾਕਟਰੀ ਮੁਆਇਨਾ ਵੀ ਹੋ ਰਿਹਾ ਸੀ, ਡਾਕਟਰ ਮੇਰਾ ਇਲਾਜ ਵੀ ਕਰ ਰਿਹਾ ਸੀ, 5 ਤਰੀਕ ਨੂੰ ਮੈਂ ਫੇਰ ਰਜਿੰਦਰਾ ਹੋਸਪਿਟਲ ਗਿਆ ਜੀ, 4 ਤਰੀਕ ਨੂੰ ਸੋਰੀ ਮੈਂ 4 ਤਰੀਕ ਨੂੰ ਆਪਣੇ ਵਕੀਲ ਸਾਹਿਬ ਨਾਲ ਸਾਰੀ ਗੱਲਬਾਤ ਦੱਸ ਕੇ ਗਿਆ ਜੀ, ਉੱਥੇ ਮੇਰੇ ਆਹ ਕੇਸ ਪਾਇਆ, ਆਹ ਕੇਸ ਉਹਨਾਂ ਨੇ ਮੇਰੇ 'ਤੇ ਪਾ ਕੇ ਵੀ ਮੈਨੂੰ ਹੁਣ ਮੈਂ ਉੱਥੇ ਜ਼ਮਾਨਤ 'ਤੇ ਬਾਹਰ ਆਇਆ ਜੀ। 5 ਤਰੀਕ ਨੂੰ ਉੱਥੋਂ ਮੈਂ ਵਾਪਸ ਆ ਰਹੇ ਸੀ ਆਪਣੇ ਰਜਿੰਦਰਾ ਹੋਸਪਿਟਲ 'ਚੋਂ ਜੀ, ਉੱਥੇ ਬਲਵੰਤ ਸਿੰਘ ਸਿੱਧੂ ਉਹਨਾਂ ਕੋਲੋਂ ਮੈਂ ਡਾਕਟਰੀ ਮੁਆਇਨਾ ਕਰਵਾ ਕੇ, ਭਾਵ ਉਹਨਾਂ ਨੇ ਮੈਨੂੰ ਦਵਾਈਆਂ ਲਿਖੀਆਂ ਵੀ ਤੇਰਾ ਦਿਮਾਗੀ ਹਾਲਤ ਜਿਹੜੀ ਇੱਦਾਂ ਦੀ ਆ ਵੀ ਤੂੰ ਆਹ ਦਵਾਈਆਂ ਖਾ, ਹਫ਼ਤੇ ਬਾਅਦ ਸਾਨੂੰ ਦੱਸੀ। ਇਹ 11:30 ਵਜੇ ਮੈਂ ਜਦੋਂ ਉੱਥੇ ਅੱਡੇ 'ਤੇ ਆਇਆ, ਉਸ ਉਹਨੇ ਸਾਰੀ ਕਹਾਣੀ ਸੁਣੀ ਆ, ਫਿਰ 11:30 ਤੋਂ ਬਾਅਦ ਉਹਨਾਂ ਨੇ ਮੈਨੂੰ ਸਾਨੂੰ ਉੱਥੇ ਰੋਕਿਆ ਜੀ, ਉੱਥੇ ਸਾਨੂੰ ਇਹਨਾਂ ਨੇ ਹੱਥੋਂ ਪੈ ਕੀਤੀ। ਇਹ ਗੱਲ ਤੁਸੀਂ 5 ਤਰੀਕ ਦੀ ਕਹਿ ਰਹੇ ਹੋ, ਮਤਲਬ ਕਿ 30 ਤਰੀਕ ਤੋਂ ਬਾਅਦ ਤੁਸੀਂ ਆਪ ਰਜਿੰਦਰਾ ਹੋਸਪਿਟਲ ਜਾ ਕੇ ਆਪਣੇ ਡਾਕਟਰ ਦਾ ਮੁਆਇਨਾ ਕਰਾਇਆ, ਤੁਸੀਂ ਆਪ ਸਾਰਾ ਕੁਛ ਤੁਰ ਫਿਰ ਕੇ ਕਰ ਰਹੇ ਸੀ 30 ਤਰੀਕ ਨੂੰ ਜੀ? ਨਹੀਂ, ਇਹ 5 ਤਰੀਕ ਨੂੰ ਹੋਇਆ, 2 ਤਰੀਕ ਮਤਲਬ ਕਿ ਤੁਹਾਡੇ ਨਾਲ ਤੁਹਾਨੂੰ ਟੌਰਚਰ ਕਰਨ ਤੋਂ 5 ਦਿਨਾਂ ਬਾਅਦ ਜੀ ਇਹ ਗੱਲ ਆ ਕਿ ਜਾਂਦਾ ਸੀਗਾ, ਕਿਉਂਕਿ ਮੇਰੇ ਗੋਡੇ ਜਿੱਥੇ ਮੈਂ ਖੜ ਜਾਣਾ ਉੱਥੇ ਖੜ ਜਾਂਦੇ ਨੇ ਜੀ ਮੇਰੇ ਗੋਡੇ। ਜੀ ਜੀ ਜੀ, ਮਤਲਬ ਕਿ ਤੁਹਾਨੂੰ ਟੌਰਚਰ ਕਰਨ ਤੋਂ 5 ਦਿਨਾਂ ਦੀ ਬਾਅਦ ਆ ਗੱਲ
ਜਦੋਂ ਤੁਹਾਨੂੰ ਇਹਨਾਂ ਸਿੰਘਾਂ ਨੇ ਦੁਬਾਰਾ ਘੇਰਿਆ? ਹਾਂ ਜੀ ਹਾਂ, ਪੰਜ ਉਹ 5 ਦਿਨਾਂ ਤੋਂ ਬਾਅਦ ਆ ਜੀ ਇਹ। ਉਹ ਤੋਂ ਬਾਅਦ ਤੁਹਾਨੂੰ ਕਿੱਥੇ ਲੈ ਕੇ ਗਏ ਉਹ? 5 ਤਰੀਕ ਨੂੰ ਹੈ ਜੀ ਇਹ। 5 ਤਰੀਕ ਨੂੰ ਉਸ ਤੋਂ ਬਾਅਦ ਤੁਹਾਨੂੰ ਕਿੱਥੇ ਲੈ ਕੇ ਗਏ ਇਹ? ਉਸ ਤੋਂ ਬਾਅਦ ਉੱਥੇ ਜਦੋਂ ਇਹਨਾਂ ਨੇ ਸਾਰਿਆਂ ਨੇ ਅੱਗੇ ਗੱਡੀ ਘੇਰੀ, ਬੱਸ ਘੇਰੀ, ਉੱਥੇ ਉਹਨਾਂ ਨੇ ਫਿਰ ਵਿੱਚ ਚੜ ਕੇ ਸੀਰੇ ਅਸੀਂ ਫੋਟੋ ਵੀ ਖਿੱਚੀ ਹੋਈ ਹੈ ਇੱਕ। ਅੱਛਾ, ਮੈਂ ਤੁਹਾਨੂੰ ਇਹ ਗੱਲ ਕਹੂੰਗਾ ਕਿ ਜਿੰਨੇ ਤੁਸੀਂ ਇਹ ਗੱਲਾਂ ਕਹੀਆਂ ਨੇ, ਕਿਉਂਕਿ ਹਲੇ ਤੱਕ ਕੋਈ ਅਸੀਂ ਦੋਸ਼ ਸਾਬਤ ਨਹੀਂ ਕਰ ਸਕੇ, ਤੁਹਾਡੇ ਕੋਲ ਇਹਨਾਂ ਦੇ ਕੋਈ ਲਿਖਤੀ ਪ੍ਰੂਫ ਨੇ? ਕਿਉਂਕਿ ਤੁਸੀਂ ਕਹਿ ਚੁੱਕੇ ਹੋ ਕਿ 100 ਦੇ ਵਿੱਚੋਂ ਤੁਸੀਂ ਇਕੱਲੇ ਹੀ ਹੋ ਜਿਨ੍ਹਾਂ ਨੇ ਗੱਲ ਕੀਤੀ ਆ, ਜਾਂ ਤੁਹਾਡੇ ਕੋਈ ਇਹੋ ਜਿਹੇ ਪ੍ਰੂਫ, ਮੂਵੀ ਵਗੈਰਾ ਹੈਗੀਆਂ ਨੇ ਜਿਹੜੀਆਂ ਤੁਸੀਂ ਸਾਨੂੰ ਭੇਜ ਸਕੋ ਜਾਂ ਮੀਡੀਆ ਨੂੰ ਦਿਖਾ ਸਕੋ, ਤਾਂ ਕਿ ਆਪਾਂ ਜਿਹੜੀ ਗੱਲ ਆ ਉਸ ਨੂੰ ਇੱਕ ਪਾਸੇ ਲਾ ਸਕੀਏ? ਵੀਰ ਜੀ, ਤੁਸੀਂ ਜਾਣਦੇ ਹੋ ਜਿਹੜੇ ਵੱਡੇ ਲੋਕ ਹੁੰਦੇ ਨੇ, ਜਿਹੜੇ ਅਸੀਂ ਛੋਟੇ ਆਗੇ, ਛੋਟਿਆਂ ਨੂੰ ਇਹੋ ਜਿਹੇ ਪ੍ਰੂਫ ਕਿੱਥੋਂ ਮਿਲ ਸਕਦੇ ਨੇ? ਜਿਹੜੇ ਵੱਡੇ ਲੋਕ ਨੇ ਉਹ ਗੱਲਾਂ ਹੀ ਇੱਦਾਂ ਦਾ ਹੀ ਕਰਦੇ ਨੇ ਵੀ ਉਹਨਾਂ ਨੂੰ ਕੋਈ ਪ੍ਰੂਫ ਨਾ ਰਹਿ ਸਕੇ। ਔਰ ਸਾਨੂੰ ਇਹ ਪਤਾ ਲੱਗਦਾ ਸੀਗਾ ਵੀ ਇੱਥੇ ਆਹ ਕੁਛ ਹੁੰਦਾ, ਆਹ ਕੁਛ ਹੋਇਆ, ਇਹ ਅਸੀਂ ਗੱਲਾਂ, ਮੈਂ ਜਿਉਂਦਾ ਜੀ ਹਜੇ ਮੈਂ ਮਰਿਆ ਨਹੀਂ ਹੈਗਾ, ਇਹ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ। ਇੱਕ ਗੱਲ ਹੋਰ ਆ, ਜੇ ਉਹ ਆਪਣੇ ਆਪ ਨੂੰ ਸੰਤ ਸਮਝਦਾ, ਮੇਰੇ ਸਾਹਮਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਲਵੇ, ਇਹ ਕਹਿਦਾ ਵੀ ਜਿੰਨੇ ਵੀ ਇਹਨੇ ਕੁਛ ਭਾਸ਼ਣ ਦਿੱਤਾ ਮੇਰੇ ਪ੍ਰਤੀ, ਜੋ ਵੀ ਕੁਛ ਬੋਲਿਆ ਸਭ ਝੂਠਾ, ਔਰ ਉਸ ਤੋਂ ਬਾਅਦ ਫਿਰ ਮੈਨੂੰ ਫਾਂਸੀ ਤੇ ਲਟਕਾ ਦਿਓ ਜੀ। ਮਤਲਬ ਕਿ ਤੁਸੀਂ ਬਿਲਕੁਲ ਆਮੋ ਸਾਹਮਣੇ ਆ ਕੇ ਗੱਲ ਕਰਨ ਲਈ ਤਿਆਰ ਹੋ? ਤਿਆਰ ਹਾਂ ਜੀ ਮੈਂ। ਅੱਛਾ, ਮੈਂ ਤੁਹਾਨੂੰ ਇਹ ਗੱਲ ਕਹੂੰਗਾ ਕਿ ਉਹਨਾਂ ਨੇ ਗੱਲ ਕਹੀ ਆ ਕਿ ਮੈਂ ਨਾ ਤਾਂ ਕਦੇ ਜੋ ਮੂਵੀ ਅਸੀਂ ਦੇਖੀ ਆ, ਬਾਬਾ ਰਣਜੀਤ ਸਿੰਘ ਕਹਿ ਰਹੇ ਨੇ ਕਿ ਨਾ ਮੈਂ ਕਦੇ ਉਹਦੇ ਕਰੈਕਟਰ 'ਤੇ ਦੋਸ਼ ਲਾਏ ਨੇ ਨਾ ਮੈਂ ਲਾਊਂਗਾ, ਪਰ ਇਹ ਕਿਸੇ ਬੀਬੀ ਨਾਲ ਫੋਨ 'ਤੇ ਗੱਲ ਕਰਦੇ ਹੁੰਦੇ ਸੀ ਜਿਹਦੇ ਕਰਕੇ ਇਹਨਾਂ ਨੂੰ ਇੱਥੋਂ ਭੇਜਿਆ, ਅਤੇ ਫਿਰ ਤੁਸੀਂ ਵੀ ਇਹ ਗੱਲ ਵਿੱਚ ਕਹੀ ਆ ਕਿ ਬਨੂੜ ਮੈਂ ਆਪਣੀ ਭੈਣ ਨੂੰ ਮਿਲਿਆ, ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਉਹ ਤੁਹਾਡੀ ਰੀਅਲ ਭੈਣ ਆ ਜਾਂ ਤੁਹਾਡੀ ਮੂੰਹ ਬੋਲੀ ਭੈਣ ਆ? ਉਹ ਮੇਰੀ ਧਰਮ ਦੀ ਭੈਣ ਬਣਾਈ ਹੋਈ ਹੈ ਜੀ। ਧਰਮ ਦੀ ਭੈਣ ਬਣਾਈ ਹੋਈ ਹੈ ਤੁਹਾਡੀ ਜੀ? ਠੀਕ ਹੈ ਜੀ, ਠੀਕ ਹੈ ਜੀ ਬਿਲਕੁਲ। ਅਤੇ ਚੰਡੀਗੜ੍ਹ ਤੁਸੀਂ ਉਹਨਾਂ ਕੋਲ ਹੀ ਜਾਂਦੇ ਹੁੰਦੇ ਸੀ ਜਿਹੜੀ ਉਹ ਗੱਲ ਕਰਦੇ ਨੇ? ਕਿਹੜੀ ਜੀ? ਵੀ ਉਹ ਤੁਸੀਂ ਉਹਨਾਂ ਨੂੰ ਉੱਥੇ ਚੰਡੀਗੜ੍ਹ ਜਾ ਕੇ ਮਿਲਦੇ ਰਹੇ ਹੋ? ਚੰਡੀਗੜ੍ਹ ਨੀ, ਮੈਨੂੰ ਪਰਮੇਸ਼ਰ ਦੁਆਰ ਸਾਹਿਬ ਉੱਥੇ ਮਿਲਦੇ ਸੀ ਆ ਕੇ ਜੀ, ਮੈਨੂੰ ਤਾਂ ਕਦੇ ਇਹਨਾਂ ਨੇ ਜਾਣੇ ਨਹੀਂ ਦਿੱਤਾ। ਅੱਛਾ, ਤੁਸੀਂ ਗੱਲ ਕੀਤੀ ਆ, ਤੁਸੀਂ ਬਾਬੇ ਦੇ ਸਾਹਮਣੇ ਵੀ ਮਿਲਦੇ ਹੁੰਦੇ ਸੀ? ਇਹ ਗੱਲ ਕੀਤੀ ਆ ਤੁਸੀਂ? ਬਾਬੇ ਦੇ ਸਾਹਮਣੇ ਉਹਨਾਂ ਨੇ ਰੱਖੜੀ ਬੰਨੀ ਆ ਜੀ, ਉਹਨਾਂ ਨੇ, ਮੇਰੀ ਸਿਸਟਰ ਨੇ। ਠੀਕ ਆ ਸਮਝੋ, ਤੁਸੀਂ ਇਹ ਗੱਲ ਕੀਤੀ ਆ ਕਿ ਤੁਸੀਂ ਆਹਮਣੇ ਸਾਹਮਣੇ ਹੋ ਕੇ, ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਇਸ ਵੇਲੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਦੇਖੇ ਜਾਏਂਗੇ, ਉਹ ਪੂਰੀ ਦੁਨੀਆ ਦੇ ਵਿੱਚ ਤੁਹਾਡੀ ਆਵਾਜ਼ ਹੈ ਜਿਹੜੀ ਅਸੀਂ ਬੁਲੰਦ ਕਰਾਂਗੇ। ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੂੰਗਾ, ਤੁਸੀਂ ਕਿਹਾ ਕਿ ਤੁਸੀਂ ਆਹਮੋ ਸਾਹਮਣੇ ਹੋ ਕੇ ਗੱਲ ਕਰਨ ਦੇ ਲਈ ਤਿਆਰ ਹਾਂ, ਕੀ ਜੇ ਅਸੀਂ ਉਹਨਾਂ ਨੂੰ ਲਾਈਨ 'ਤੇ ਲਈਏ ਤੁਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਗੇ? ਉਹ ਦੇ ਸਕਦੇ ਹੋ? ਹਾਂ ਜੀ, ਦੇ ਸਕਦਾ ਜੀ ਮੈਂ, ਦੇ ਸਕਦੇ ਹੋ। ਅੱਛਾ, ਦੂਜੀ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੂੰਗਾ, ਉਹਨਾਂ ਨੇ ਬੜੇ ਮਤਲਬ ਕਿ ਰੋਪ ਨਾਲ ਕਹਿ ਲਈਏ ਜਾਂ ਮਾਣ ਨਾਲ ਇਹ ਗੱਲ ਕਹਿ ਲਈਏ ਕਹੀ ਆ ਬਈ ਜਿਹੜਾ ਮਰਜ਼ੀ ਕੋਈ ਮੇਰਾ ਟੈਸਟ ਕਰਾ ਲਓ, ਮੈਂ ਹੁਣ ਤੱਕ ਪੂਰਾ ਜਤੀ ਸਤੀ 'ਤੇ ਭਿਅੰਗਮ ਹਾਂ, ਅਤੇ ਮੇਰਾ ਕੋਈ ਵੀ ਟੈਸਟ ਕਰਵਾ ਸਕਦੇ ਹੋ, ਜੇ ਕੋਈ ਟੈਸਟ ਗਲਤ ਨਿਕਲਿਆ ਜੋ ਸਜ਼ਾ ਮੈਨੂੰ ਕੌਮ ਦਊਗੀ, ਜਾਂ ਮੈਂ ਬਿਲਕੁਲ ਆਪਣਾ ਸਾਰਾ ਕੁਛ ਛੱਡ ਕੇ ਘਰ ਜਾ ਕੇ ਅਕਾਲ ਸਾਹਿਬ ਨੂੰ ਸਮਰਪਿਤ ਕਰਕੇ ਬੈਠ ਜੂੰਗਾ, ਤੁਸੀਂ ਵੀ ਹੁਣ ਤੱਕ ਵਿਆਹ ਨਹੀਂ ਕਰਵਾਇਆ, ਇਹ ਗੱਲ ਸਹੀ ਆ? ਹਾਂਜੀ ਹਾਂਜੀ। ਅੱਛਾ, ਕੀ ਤੁਸੀਂ ਵੀ ਉਹ ਟੈਸਟ ਕਰਾਉਣ ਦੇ ਲਈ ਤਿਆਰ ਹੋ? ਜੇ ਕਿਉਂ ਅਸੀਂ ਕੁਛ ਡਾਕਟਰਾਂ ਨਾਲ, ਕਿਉਂਕਿ ਦੇਖੋ ਮਸਲਾ ਸਿੱਖ ਕੌਮ ਦਾ, ਸਿੱਖ ਕੌਮ 'ਤੇ ਵਾਰ ਵਾਰ ਭਾਰ ਪੈਂਦਾ ਰਿਹਾ, ਭਾਰ ਆਉਂਦੇ ਰਹੇ ਨੇ, ਕੀ ਤੁਸੀਂ ਵੀ, ਅਸੀਂ ਸੱਚ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਰਸਿਮੰਦਰ ਸਿੰਘ ਜੀ, ਕਿ ਤੁਸੀਂ ਵੀ ਉਹ ਟੈਸਟ ਕਰਵਾਉਣ ਲਈ ਤਿਆਰ ਹੋ? ਤੁਹਾਡੀ ਆਵਾਜ਼ ਕੱਟਦੀ ਆ ਜੀ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਟੈਸਟ ਬਾਬਾ ਜੀ ਕਹਿੰਦੇ ਨੇ ਕਿ ਮੈਂ ਕਰਾਉਣ ਨੂੰ ਤਿਆਰ ਹਾਂ, ਕਿ ਮੈਂ ਜਤੀ ਸਤੀ ਹਾਂ, ਤੁਸੀਂ ਵੀ ਹੁਣ ਤੱਕ ਵਿਆਹ ਨਹੀਂ ਕਰਾਇਆ, ਤੁਸੀਂ ਉਹ ਟੈਸਟ ਕਰਵਾਉਣ ਦੇ ਲਈ ਤਿਆਰ ਹੋ? ਹੈਲੋ,
ਹੈਲੋ ਹੈਲੋ, ਮੈਂ ਅਸੀਂ ਸਾਧ ਸੰਗਤ ਜੀ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਬਹੁਤ ਬਰੀਕੀ ਨਾਲ ਇਹਨਾਂ ਗੱਲਾਂ ਵੱਧ ਰਹੇ ਸੀ, ਪਰ ਮੈਨੂੰ ਜੋ ਲੱਗ ਰਿਹਾ ਹੈ ਕਿ ਕਿਸੇ ਕਾਰਨਾਂ ਕਰਕੇ ਉਹਨਾਂ ਵੱਲੋਂ ਇਹ ਫੋਨ ਜੋ ਹੈਂਗਅਪ ਕਰ ਦਿੱਤਾ ਗਿਆ। ਸਾਧ ਸੰਗਤ ਜੀ, ਤੁਸੀਂ ਸਾਡੇ ਨਾਲ ਇਵੇਂ ਬਣੇ ਰਹੋ ਕਿਉਂਕਿ ਅਸੀਂ ਸੱਚ ਨੂੰ ਸੱਚ ਜਾਣਨ ਦੀ ਕੋਸ਼ਿਸ਼ ਕਰਾਂਗੇ। ਮੈਂ ਬੇਨਤੀ ਕਰੂੰਗਾ ਆਪਣੇ ਟੈਕਨੀਕਲ ਡਿਪਾਰਟਮੈਂਟ ਨੂੰ ਕਿ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਸਾਧ ਸੰਗਤ ਜੀ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਕੋਈ ਨਵੀਂ ਰੀਤ ਨਹੀਂ ਹੈਗੀ, ਇਹ ਬਹੁਤ ਪੁਰਾਣੀ ਰੀਤ ਆ। ਜਦੋਂ ਵੀ ਕਦੇ ਸਿੱਖ ਕੌਮ ਨੇ ਜਾਂ ਸਿੱਖਾਂ ਦੇ ਪ੍ਰਚਾਰਕਾਂ ਨੇ ਸਿੱਖੀ ਨੂੰ ਪ੍ਰਫੁੱਲਤ ਕਰਨ ਦੀ ਗੱਲ ਕੀਤੀ ਆ, ਤਾਂ ਥਾਂ ਥਾਂ 'ਤੇ ਕੁਛ ਲੋਕਾਂ ਨੇ, ਕੁਛ ਨੌਜਵਾਨਾਂ ਨੇ, ਭਾਵੇਂ ਕਿ ਉਹ ਕਿਸੇ ਦੇ ਪ੍ਰੈਸ਼ਰ 'ਚ ਆਏ ਨੇ ਜਾਂ ਪੈਸੇ ਕਰਕੇ, ਉਹ ਦੋਸ਼ ਲਾ ਕੇ ਸਿੱਖ ਕੌਮ ਦੇ ਪ੍ਰਚਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ। ਸਾਡਾ ਫਰਜ਼, ਅਸੀਂ ਸਮਝਦੇ ਹਾਂ ਕਿ ਥੋੜ੍ਹੇ ਤੱਕ ਅਸੀਂ ਜਿਹੜੀ ਸੱਚਾਈ ਆ ਉਹਨੂੰ ਸਾਹਮਣੇ ਲਿਆ ਸਕੀਏ। ਮੈਨੂੰ ਨਹੀਂ ਪਤਾ ਕਿਉਂ ਕੁਛ ਕਾਰਨਾਂ ਕਰਕੇ ਫੋਨ ਕੱਟਿਆ ਗਿਆ, ਅਸੀਂ ਦੁਬਾਰਾ ਉਹਨਾਂ ਨੂੰ ਕੋਸ਼ਿਸ਼ ਲੈਣ 'ਤੇ ਕਰ ਰਹੇ ਹਾਂ ਤਾਂ ਕਿ ਉਹ ਅਸੀਂ ਜਿਹੜੀ ਗੱਲਬਾਤ ਆ ਉਹਨਾਂ ਨਾਲ ਦੁਬਾਰਾ ਕਰ ਸਕੀਏ, ਇਸ ਇੰਟਰਵਿਊ ਨੂੰ ਤੁਹਾਡੇ ਤੱਕ ਲੈ ਸਕਦੀ ਹੈ। ਸੁਖਵਿੰਦਰ ਸਿੰਘ ਜੀ, ਤੁਹਾਡਾ ਦੁਬਾਰਾ ਸਵਾਗਤ ਆ ਜੀ ਸ਼ੋਅ 'ਤੇ। ਹੈਲੋ, ਹਾਂਜੀ ਹਾਂਜੀ, ਹਾਂ ਸੁਖਵਿੰਦਰ ਸਿੰਘ ਜੀ, ਮੈਂ ਇੱਕ ਗੱਲ ਕਰ ਰਿਹਾ ਸੀ ਕਿ ਉਹਨਾਂ ਨੇ ਜਿਹੜੀ ਆਪਣੀ ਸਪਸ਼ਟੀਕਰਨ ਦੀ ਮੂਵੀ ਰਿਲੀਜ਼ ਕੀਤੀ ਆ, ਉਸ ਮੂਵੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਉਹ ਆਪਣਾ ਜੱਤੀ ਸਤੀ ਨੂੰ ਦੱਸਣ ਦੇ ਲਈ ਕੋਈ ਟੈਸਟ ਕਰਵਾਉਣ ਲਈ ਤਿਆਰ ਨੇ ਤਾਂ ਕਿ ਇਹ ਪਤਾ ਲੱਗ ਸਕੇ ਕਿ ਉਹ ਅੱਜ ਤੱਕ ਜੱਤੀ ਸਤੀ ਨੇ ਜਾਂ ਨਹੀਂ। ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਤੁਸੀਂ ਵੀ ਹੁਣ ਤੱਕ ਭਿਅੰਗਮ ਹੋ, ਕਿ ਤੁਸੀਂ ਉਹਨਾਂ ਨਾਲ ਆਹਮੋ ਸਾਹਮਣੇ ਹੋ ਕੇ ਗੱਲ ਕਰਨ ਦੀ ਗੱਲ ਕਰ ਰਹੇ ਹੋ, ਕਿਉਂਕਿ ਤੁਸੀਂ ਵੀ ਉਹੋ ਜਿਹਾ ਟੈਸਟ ਕਰਵਾਉਣ ਦੇ ਲਈ ਤਿਆਰ ਹੋ? ਹਾਂਜੀ, ਮੈਂ ਤਿਆਰ ਹਾਂ ਜੀ। ਅੱਛਾ, ਮਤਲਬ ਕਿ ਜੇ ਅਸੀਂ ਇਸ ਚੀਜ਼ ਦੀ ਅਰੇਂਜ ਕਰੀਏ, ਇਸ ਚੀਜ਼ ਬਾਰੇ ਅਰੇਂਜ ਕੀਤਾ ਜਾਵੇ, ਤਾਂ ਤੁਸੀਂ ਵੀ ਇਹਨਾਂ ਚੀਜ਼ਾਂ ਦੇ ਮਤਲਬ ਕਿ ਜਵਾਬ ਦੇਣ ਦੇ ਲਈ ਬਿਲਕੁਲ ਤਿਆਰ ਹੋ? ਹਾਂ ਜੀ। ਬਾਕੀ ਮੇਨ ਗੱਲ ਵੀਰ ਜੀ, ਮੈਂ ਆਪ ਜੀ ਨੂੰ ਇਹ ਦੱਸਦਾ, ਨਾ ਮੈਂ ਗੁਰੂ ਨੂੰ ਮੂੰਹ ਦਿਖਾਉਣ ਜੋਗਰਾ, ਨਾ ਪੰਥ ਨੂੰ ਮੂੰਹ ਦਿਖਾਉਣ ਜੋਗਰਾ। ਮੇਰੇ ਉਹਨੇ ਕੇਸ ਕਟਵਾ ਤੇ, ਤੁਸੀਂ ਗੱਲਾਂ ਫਿਰਦੇ ਹੋ ਜਤੀ ਸਤੀ ਦੇ ਲਈ। ਨਹੀਂ ਜੇ ਉਹ ਬਿਲ ਦੇ, ਮੈਂ ਤੁਹਾਡੀ ਗੱਲ ਦੇ ਨਾਲ ਦੇਖੋ, ਅਸੀਂ ਕੋਈ ਪੱਖ ਨਹੀਂ ਲੈ ਰਹੇ ਸੁਖਵੰਤ ਸਿੰਘ ਜੀ, ਸੁਖਵਿੰਦਰ ਸਿੰਘ ਜੀ, ਅਸੀਂ ਗੱਲਾਂ ਕਰ ਰਹੇ ਹਾਂ ਕਿ ਲੋਕਾਂ ਨੂੰ ਅੱਜ ਕੱਲ੍ਹ ਦਾ ਜਿਹੜਾ ਮੀਡੀਆ, ਅੱਜ ਕੱਲ੍ਹ ਦੇ ਜੋ ਲੋਕ ਨੇ ਉਹ ਵਿਕ ਚੁੱਕੇ ਨੇ, ਲੋਕਾਂ ਤੱਕ ਸੱਚਾਈ ਲੈ ਕੇ ਆਉਣ ਦੀ ਕਿਸੇ ਦੇ ਵਿੱਚ ਹਿੰਮਤ ਨਹੀਂ। ਅਸੀਂ ਤੁਹਾਡੇ ਸਾਹਮਣੇ ਤੁਹਾਡੀ ਜਿਹੜੀ ਸੱਚਾਈ ਆ ਦੋਨਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਅਸੀਂ ਤੁਹਾਨੂੰ, ਜੇ ਤੁਸੀਂ ਸਾਨੂੰ ਇਜਾਜ਼ਤ ਦਵੋ, ਅਸੀਂ ਤੁਹਾਨੂੰ ਦੁਬਾਰਾ ਵੀ ਕੰਟੈਕਟ ਕਰਾਂਗੇ। ਆਪਾਂ ਤੁਹਾਡੀ ਆਵਾਜ਼ ਨੂੰ ਜਾਂ ਜੋ ਸੱਚ ਦੀ ਆਵਾਜ਼ ਆ, ਜੋ ਲੋਕ ਉਹ ਸੱਚ ਕਹਿ ਰਹੇ ਨੇ ਜਾਂ ਜੋ ਸੱਚ ਤੁਸੀਂ ਕਹਿ ਰਹੇ ਹੋ, ਇਹਦਾ ਬਿਲਕੁਲ ਨਿਤਾਰਾ ਕਰਕੇ ਤੁਹਾਡੇ ਤੱਕ ਜੋ ਉਹ ਪੁਲਿਸ ਇੰਸਪੈਕਟਰ ਦੀ ਜਾਂ SHO ਦੀ ਮੂਵੀ ਆ ਜਾਂ ਉਹ ਤੁਹਾਡੀ ਮੂਵੀ ਕੱਢਣ ਦੀ ਗੱਲ ਕਰ ਰਹੇ ਨੇ ਕਿ ਅਸੀਂ ਕਿਸੇ ਤਰੀਕੇ ਨਾਲ 30 ਤਰੀਕ ਤੋਂ ਬਾਅਦ ਦੀ, ਜਦੋਂ ਤੁਸੀਂ ਕਿਹਾ ਕਿ ਮੇਰੇ ਕਤਲ ਕੇਸ ਕੀਤੇ ਨੇ, ਉਸ ਦਿਨ ਤੋਂ ਬਾਅਦ ਹੀ ਉਹ ਮੂਵੀ ਦਿਖਾਉਣ ਲਈ ਤਿਆਰ ਨੇ ਕਿ ਤੁਸੀਂ ਉਹਨਾਂ ਨੂੰ ਸਾਬਤ ਸੂਰਤ ਮਿਲੇ ਹੋ। ਅਸੀਂ ਇਹ ਸਾਰੀਆਂ ਗੱਲਾਂ ਹੀ ਤਾਂ ਹੀ ਤੁਹਾਡੇ ਨਾਲ ਕੀਤੀਆਂ ਨੇ ਤਾਂ ਕਿ ਅਸੀਂ ਜੋ ਸੱਚ ਆ, ਸੱਚ ਨੂੰ ਬਿਲਕੁਲ ਸਾਹਮਣੇ ਲਿਆਂਦਾ ਜਾਵੇ। ਅਸੀਂ ਕੋਸ਼ਿਸ਼ ਕਰਾਂਗੇ, ਤੁਹਾਡਾ ਕੀਮਤ, ਮੈਨੂੰ ਪਤਾ ਕਿ ਤੁਹਾਡਾ ਟਾਈਮ ਬਹੁਤ ਜ਼ਿਆਦਾ ਕੀਮਤੀ ਆ, ਬੈਂਸ ਸਾਹਿਬ ਦਾ ਟਾਈਮ ਤਾਂ ਉਸ ਤੋਂ ਵੀ ਜ਼ਿਆਦਾ ਕੀਮਤੀ ਆ। ਅਸੀਂ ਪਰ ਸੱਚਾਈ ਕਰਕੇ, ਸੱਚਾਈ ਨੂੰ ਸਾਹਮਣੇ ਲਿਆਉਣ ਕਰਕੇ, ਲੋਕਾਂ ਨੂੰ ਜਾਗਰੂਕ ਕਰਨ ਦੇ ਲਈ, ਸਿੱਖ ਕੌਮ ਦੇ ਨਾਲ ਜੋ ਕੁਛ ਹੋ ਰਿਹਾ ਉਹ ਦੱਸਣ ਦੇ ਲਈ, ਸੱਚ ਕੀ ਹੈ, ਝੂਠ ਕੀ ਆ, ਅਸੀਂ ਤੁਹਾਨੂੰ ਦੁਬਾਰਾ ਵੀ ਕੰਟੈਕਟ ਕਰਾਂਗੇ। ਉਹਨਾਂ ਦੁਆਰਾ ਜੋ ਮੂਵੀ ਇੰਸਪੈਕਟਰ ਵੱਲੋਂ, ਸਾਡੀ ਆਪਣੀ ਟੀਮ ਵੀ ਉੱਥੇ ਪਹੁੰਚ ਚੁੱਕੀ ਹੋਈ ਆ, ਉਹ ਸਾਨੂੰ ਭੇਜਣਗੇ। ਅਸੀਂ ਜੋ ਜੋ ਤੁਸੀਂ ਆਪਣੀ ਗੱਲ ਕੀਤੀ ਆ ਰਿਕਾਰਡਿੰਗ ਦੇ ਵਿੱਚ ਜਾਂ ਜੋ ਤੁਹਾਡੇ ਬਿਆਨ ਤੁਸੀਂ ਉਹਨਾਂ ਨੂੰ ਦਿੱਤੇ ਨੇ, ਅਸੀਂ ਹਰ ਇੱਕ ਥਾਂ ਥਾਂ 'ਤੇ ਜਾ ਕੇ, ਇਹ ਸਾਡਾ ਸਿੱਖ ਹੋਣ ਦੇ ਨਾਤੇ ਤੁਹਾਡਾ ਇਕੱਲਿਆਂ ਦਾ ਨਹੀਂ, ਇਹ ਸਾਡਾ ਵੀ ਫਰਜ਼ ਬਣਦਾ
ਕਿ ਕਿਵੇਂ ਸੱਚਾਈ ਨੂੰ ਸਾਹਮਣੇ ਲਿਆਂਦਾ ਜਾ ਸਕੇ। ਕਿਉਂ ਅੱਜ ਦੁਨੀਆ ਦੇ ਵਿੱਚ ਮੈਂ ਤੁਹਾਡੇ ਸਪਸ਼ਟ ਤੁਹਾਨੂੰ ਤੁਹਾਡੇ ਮੂੰਹ 'ਤੇ ਦੱਸ ਦੇਣਾ ਚਾਹੁੰਦਾ, ਦੁਨੀਆ ਦੇ ਵਿੱਚ ਇਹ ਵੀ ਗੱਲਾਂ ਚੱਲ ਰਹੀਆਂ ਨੇ ਕਿ ਤੁਸੀਂ ਪੈਸੇ ਦੀ ਖਾਤਰ ਇਹ ਕਰ ਰਹੇ ਹੋ, ਬੈਂਸ ਸਾਹਿਬ 'ਤੇ ਵੀ ਇਹ ਦੋਸ਼ ਲੱਗ ਰਹੇ ਨੇ। ਸਾਡਾ ਆਪਣਾ ਇਹ ਫਰਜ਼ ਬਣਦਾ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਜੋ ਸੱਚਾਈ ਆ, ਜੋ ਸੱਚ ਆ, ਉਹਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਈਏ, ਤਾਂ ਕਿ ਅੱਗੇ ਤੋਂ ਕੋਈ ਬੰਦਾ ਝੂਠ ਬੋਲਣ ਦੀ ਕੋਸ਼ਿਸ਼ ਨਾ ਕਰੇ, ਕੋਈ ਕਿਸੇ ਦੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਨਾ ਕਰੇ। ਅਸੀਂ ਉੱਥੇ ਰਹਿੰਦੇ ਬਾਕੀ ਜਿਹੜੇ ਤੁਸੀਂ ਕਹਿੰਦੇ ਹੋ 100 ਮੈਂਬਰ ਨੇ, ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਤੁਹਾਨੂੰ ਵੀ ਮੇਰੀ ਬੇਨਤੀ ਆ ਕਿ ਜਿਵੇਂ ਤੁਸੀਂ ਤਕੜੇ ਹੋਏ ਹੋ ਸਾਨੂੰ ਦੱਸੋ, ਜੇ ਕੋਈ ਹੋਰ ਮੈਂਬਰ, ਜਿਵੇਂ ਕਿ ਉਹ ਕਹਿ ਰਹੇ ਨੇ ਕਿ ਜਦੋਂ ਚੋਰੀ ਹੋਈ ਆ, 10 ਬੰਦੇ ਗਏ ਸੀ, 10 ਦੇ ਵਿੱਚੋਂ 9 ਉਹਨਾਂ ਦੇ ਕੋਲ ਨੇ, ਅਸੀਂ ਉਹਨਾਂ 9 ਦੀ ਵੀ ਇੰਟਰਵਿਊ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਤਾਂ ਕਿ ਆਪਾਂ ਸੱਚ ਵਾਲੇ ਪਾਸੇ ਜਾ ਸਕੀਏ, ਸੱਚ ਨੂੰ। ਜੀ ਹਾਂਜੀ, ਸੁਖਵਿੰਦਰ ਸਿੰਘ ਜੀ, ਸੁਣ ਰਿਹਾ ਤੁਹਾਨੂੰ ਮੈਂ। ਬਚਿੱਤਰ ਸਿੰਘ, ਬਲਕਾਰ ਸਿੰਘ, ਕਮਲਪ੍ਰੀਤ ਸਿੰਘ, ਜਿਵੇਂ ਸਹਿਜੀ ਹੋ ਗਿਆ, ਇਹੋ ਜਿਹੇ ਬੰਦਿਆਂ ਨੂੰ ਤੁਸੀਂ ਉੱਥੇ ਦਿਖਾਇਆ ਵੀ ਉੱਥੇ ਨੇ ਉਹ, ਜਗਦੇਵ ਸਿੰਘ ਅਗੜੀ ਉੱਥੇ ਹੈਗਾ। ਨਹੀਂ ਮੈਂ ਤੁਹਾਨੂੰ, ਨਹੀਂ ਤੁਸੀਂ, ਮੈਂ ਤੁਹਾਨੂੰ ਪੁੱਛ ਰਿਹਾ ਕਿ ਕੀ ਤੁਸੀਂ ਸਾਨੂੰ ਕੁਛ ਨੌ ਦੇ ਸਕਦੇ ਹੋ ਜਿਹਨਾਂ ਬੰਦਿਆਂ ਨਾਲ ਅਸੀਂ ਕੰਟੈਕਟ ਕਰ ਸਕੀਏ। ਹਾਂਜੀ ਹਾਂਜੀ, ਕੌਣ ਨੇ ਬੰਦੇ ਉਹ ਨਾਂ ਦੱਸ ਸਕਦੇ ਹੋ ਤਾਂ ਕਿ ਅਸੀਂ ਉਹਨਾਂ ਨਾਲ ਕੰਟੈਕਟ ਕਰ ਸਕੀਏ? ਇੱਕ ਜਗਦੇਵ ਸਿੰਘ ਅਗੜੀ ਹੋ ਗਿਆ ਜੀ, ਜਿਵੇਂ ਸਹਿਜਪਾਲ ਸਿੰਘ ਹੋ ਗਿਆ, ਬਲਕਾਰ ਸਿੰਘ ਹੋ ਗਿਆ, ਬਚਿੱਤਰ ਸਿੰਘ ਗੋਲੀ ਹੋ ਗਿਆ, ਕਮਲਪ੍ਰੀਤ ਸਿੰਘ ਹੋ ਗਿਆ ਜੀ। ਅੱਛਾ, ਇਹਨਾਂ ਤੇ ਵੀ ਤਸੱਦਦ ਆਇਆ ਗਿਆ? ਇਹਨਾਂ ਤੇ ਵੀ ਤਸੱਦਦ ਹੋਏ ਨੇ, ਪਰ ਇਹ ਬੋਲਣ ਜੋਗੇ ਨਹੀਂ ਹੈਗੇ, ਸਾਰੇ ਡਰਦੇ ਨੇ, ਆਪੋ ਆਪਣੇ ਕੰਮਾਂ ਕਾਰਾਂ ਤੇ ਲੱਗੇ ਹੋਏ ਨੇ ਜੀ। ਕੋਈ ਡਰਾਈਵਰ ਕਰ ਰਿਹਾ, ਕੋਈ ਡਰਾਈਵਿੰਗ ਆਪਣੀਆਂ ਗੱਡੀਆਂ ਚਲਾ ਰਿਹਾ ਜੀ। ਮਤਲਬ ਕਿ ਇਹ ਇਸ ਵੇਲੇ ਉਸ ਜਗ੍ਹਾ ਤੇ ਨਹੀਂ ਹੈਗੇ, ਡੇਰੇ ਤੇ ਨਹੀਂ ਹੈਗੇ, ਡੇਰੇ ਤੋਂ ਬਾਹਰ ਨੇ, ਪਰ ਇਹ ਆਪਣੇ ਕੰਮ ਕਰ ਰਹੇ ਨੇ, ਪਰ ਕੋਈ ਬੋਲਣ ਦੇ ਲਈ ਤਿਆਰ ਨਹੀਂ? ਹਾਂਜੀ ਹਾਂਜੀ। ਅੱਛਾ ਅੱਛਾ ਅੱਛਾ, ਬਿਲਕੁਲ ਜੀ ਬਿਲਕੁਲ, ਅਸੀਂ ਤੁਹਾਨੂੰ ਰਿਕੁਐਸਟ ਕਰਾਂਗੇ ਕਿ ਸਾਡਾ ਨੰਬਰ ਬੈਂਸ ਸਾਹਿਬ ਕੋਲ ਹੈਗਾ, ਸਾਨੂੰ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ, ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ। ਜਿਹੜੀ ਕੋਈ ਸਾਡੇ ਕੋਲ ਗੱਲ ਆਊਗੀ, ਅਸੀਂ ਤੁਹਾਨੂੰ ਵੀ ਪੁੱਛਾਂਗੇ, ਅਸੀਂ ਉਹਨਾਂ ਨੂੰ ਵੀ ਲਾਈਨ 'ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਕਿ ਜੋ ਅਮੈਰੀਕਾ ਦੇ ਵਿੱਚ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਲੋਕ ਬੈਠੇ ਨੇ, ਆਪਾਂ ਉਹਨਾਂ ਨੂੰ ਸੱਚਾਈ ਦੱਸ ਸਕੀਏ ਕਿ ਇਹਨਾਂ ਦੇ ਪਿੱਛੇ ਸੱਚਾਈ ਕੀ ਆ, ਸੱਚ ਕੀ ਆ। ਤੁਹਾਡੇ ਵੱਲੋਂ ਦਿੱਤੀ ਗਈ ਜੋ ਇੰਟਰਵਿਊ ਆ, ਅਸੀਂ ਬਿਲਕੁਲ ਬਰੀਕੀ ਦੇ ਨਾਲ ਉਸ 'ਤੇ ਕੰਮ ਕਰ ਰਹੇ ਹਾਂ। ਸਾਡੀਆਂ ਟੀਮਾਂ ਨੇ, ਜੋ 2 ਟੀਮਾਂ ਅਸੀਂ ਪੰਜਾਬ ਭੇਜੀਆਂ ਨੇ ਉਸ ਚੀਜ਼ ਦੀ ਪੜਤਾਲ ਕਰਨ ਦੇ ਲਈ, ਅਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਅਤੇ ਅਸੀਂ ਹਲੇ ਵੀ ਸੱਚ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸੱਚ ਕਿੱਥੇ ਆ, ਕਿਉਂਕਿ ਸਾਨੂੰ ਹਲੇ ਤੱਕ ਵੀ ਕਿਸੇ ਪਾਸੇ ਕੋਈ ਨਜ਼ਰ ਨਹੀਂ ਆ ਰਿਹਾ ਕਿ ਆਪਾਂ ਕਿਹੜੇ ਪਾਸੇ ਜਾਈਏ। ਤੁਸੀਂ ਆਪ ਸਿਆਣੇ ਹੋ, ਜਗ੍ਹਾ ਜਗ੍ਹਾ 'ਤੇ ਟਾਈਮ ਟਾਈਮ ਦੇ ਨਾਲ ਅਜਿਹੇ ਜੋ ਮਤਲਬ ਕਿ ਮਸਲੇ ਨੇ ਉੱਠਦੇ ਰਹੇ ਨੇ, ਫਿਰ ਸ਼ਾਂਤ ਹੋ ਜਾਂਦੇ ਰਹੇ ਨੇ, ਪਰ ਅਸੀਂ ਆਪਣੀ ਨੈਤਿਕਤਾ ਦੇ ਤੌਰ 'ਤੇ ਫਰਜ਼ ਸਮਝਦੇ ਹਾਂ ਕਿ ਸਿੱਖ ਕੌਮ ਨੂੰ ਢਾਹ ਲਾਉਣ ਤੋਂ ਬਚਾਇਆ ਜਾ ਸਕੇ, ਉਹਨਾਂ ਮਸਲਿਆਂ ਨੂੰ ਬਿਲਕੁਲ ਸੱਚਾਈ ਦੇ ਨਾਲ ਨਜਿੱਠਿਆ ਜਾ ਸਕੇ ਜਿਹੜੇ ਅਜਿਹੇ ਮਸਲੇ ਆਉਂਦੇ ਨੇ। ਅਸੀਂ ਤੁਹਾਡੀ ਗੱਲਬਾਤ ਸਾਰੀ ਲੋਕਾਂ ਨੂੰ ਸੁਣਵਾਵਾਂਗੇ ਅਤੇ ਉਹਨਾਂ ਦੇ ਵਿਊ ਵੀ ਲਵਾਂਗੇ ਕਿ ਉਹਨਾਂ ਦੇ ਇਸ ਦੇ ਬਾਰੇ ਵਿੱਚ ਕੀ ਵਿਊ ਨੇ। ਮੈਂ ਇਸ ਪ੍ਰੋਗਰਾਮ 'ਤੇ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ 2 ਮਿੰਟ ਦੇ ਲਈ ਬੈਂਸ ਸਾਹਿਬ ਜੀ ਨਾਲ ਗੱਲ, ਕਿਉਂਕਿ ਮੈਨੂੰ ਪਤਾ ਤੁਸੀਂ ਦੋਨੇ ਸਪੀਕਰ ਫੋਨ 'ਤੇ ਹੋ ਇਸ ਵੇਲੇ, ਮੈਂ 2 ਮਿੰਟ ਦੇ ਲਈ ਬੈਂਸ ਸਾਹਿਬ ਜੀ ਨਾਲ ਗੱਲ ਕਰਨੀ ਚਾਹੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੈਂਸ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਟਾਈਮ ਬਹੁਤ ਕੀਮਤੀ ਆ ਅਤੇ ਤੁਸੀਂ ਜਿਹੜੇ ਤੁਹਾਡੇ ਉਪਰਾਲੇ ਨੇ ਉਹ ਬਹੁਤ ਵਧੀਆ ਉਪਰਾਲੇ ਕਰ ਰਹੇ ਹੋ। ਇਹ ਬੜੀ ਜ਼ਰੂਰੀ ਗੱਲ ਆ ਕਿ ਸਾਨੂੰ ਸਿੱਖ ਕੌਮ ਨੂੰ ਜਾਗਰੂਕ ਕਰਨਾ ਚਾਹੀਦਾ, ਸਾਨੂੰ ਇਹਨਾਂ ਚੀਜ਼ਾਂ 'ਤੇ ਜਿਹੜੀਆਂ ਨੇ ਹੈਗੇ ਇਹਨਾਂ 'ਤੇ ਪਹਿਰਾ ਦੇਣਾ ਚਾਹੀਦਾ। ਬੈਂਸ ਸਾਹਿਬ, ਇੱਕ ਕੁਸਚਨ ਮੈਂ ਸਿਰਫ ਤੁਹਾਨੂੰ ਕਰੂੰਗਾ, ਮੈਂ ਇਹ ਪੁੱਛਣਾ ਚਾਹੂੰਗਾ ਕਿ ਪਹਿਲਾਂ ਵੀ ਕਈ ਵਾਰ
ਅਜਿਹੇ ਕੇਸ ਤੁਸੀਂ ਲੋਕਾਂ ਦੀ ਕਚਹਿਰੀ 'ਚ ਲਿਆ ਚੁੱਕੇ ਹੋ, ਪਰ ਫਾਈਨਲ 'ਤੇ ਜਾਣ ਤੋਂ ਪਹਿਲਾਂ ਪਹਿਲਾਂ ਉਹ ਕੇਸ ਕੋਈ ਹੋਰ ਰੂਪ ਧਾਰਨ ਕਰ ਜਾਂਦੇ ਨੇ। ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਇਹ ਕੀ ਗੱਲ ਕੀ ਹੈ, ਇਹਦੇ ਪਿੱਛੇ ਕੀ ਕਾਰਨ ਨੇ? ਕੋਈ ਐਸਾ ਕੇਸ ਦੱਸੋ ਜਿਹੜਾ, ਮੈਂ ਤਾਂ ਤਕਰੀਬਨ ਜਿੰਨੇ ਕੇਸ ਹੋਏ ਆ ਸਿਰੇ 'ਤੇ ਪਹੁੰਚਾਏ ਆ, ਹਾਲਾਂਕਿ ਪਹਿਲਾਂ ਹਮੇਸ਼ਾ ਪੁਲਿਸ ਕਹਿੰਦੀ ਹੈ ਜਸਵੰਤ ਸਿੰਘ ਖਾਲਾ ਜੀ ਨੂੰ ਚੁੱਕਿਆ ਸੀ, 10 ਸਾਲ ਬਾਅਦ ਅਸੀਂ ਸਜ਼ਾ ਦਵਾ ਸਕੇ, 15 ਸਾਲ ਬਾਅਦ ਸੁਪਰੀਮ ਕੋਰਟ ਦਵਾ ਸਕੇ, ਬਟ ਸਭ ਤੋਂ ਪਹਿਲਾਂ ਤਾਂ ਇਹੀ ਕਿਹਾ ਸੀ ਅਸੀਂ ਜਾਣਦੇ ਨਹੀਂ, ਉਹ ਤਾਂ ਪਤਾ ਨਹੀਂ ਕਿੱਥੇ। ਇਹ ਆਮ ਹੀ ਕਹਿੰਦੀ ਹੈ, ਪੁਲਿਸ ਤਾਂ ਕਿਸੇ ਕੇਸ 'ਚ ਮੰਨਦੀ ਨਹੀਂ ਕਿ ਅਸੀਂ ਬੰਦੇ ਨੂੰ ਚੁੱਕਿਆ। ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਸਾਲ ਵਿੱਚ 10 ਜ਼ਿਆਦਾ ਕੰਪਲੇਂਟਾਂ ਨਹੀਂ। ਮੈਂ ਤੁਹਾਡੇ ਨਾਲ ਇੱਕ ਹੋਰ ਵਿਸ਼ੇ 'ਤੇ ਗੱਲ ਕਰਨੀ ਚਾਹੂੰਗਾ। ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਕਿ ਜਦੋਂ ਸਾਡੀ ਜਿੰਨੀ ਕੁ ਸਾਨੂੰ, ਅਸੀਂ ਤੁਹਾਡੇ ਬਹੁਤ ਦੂਰ ਬੈਠੇ ਹਾਂ, ਕਿ ਸਾਡੀ ਨੌਲੇਜ ਦੇ ਵਿੱਚ ਕੁਝ ਗੱਲਾਂ ਆਈਆਂ ਨੇ ਕਿ ਜਦੋਂ ਡੇਰੇ ਵਾਲੇ ਸਿਰਸੇ ਵਾਲੇ ਸਾਹਿਬ 'ਤੇ ਕੁਛ ਬੰਦਿਆਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਆਪਣਾ ਕੇਸ ਦੇਣ ਦੀ ਕੋਸ਼ਿਸ਼ ਕੀਤੀ ਸੀ, ਉਹ ਇਹ ਗੱਲ ਕਹਿ ਰਹੇ ਨੇ ਕਿ ਤੁਸੀਂ ਪੈਸੇ ਕਰਕੇ ਕੇਸ ਨਹੀਂ ਲਿਆ, ਇਹਦੇ ਵਿੱਚ ਸੱਚਾਈ ਦੱਸਣ ਦੀ ਕੋਸ਼ਿਸ਼ ਕਰੇਂਗੇ, ਉਹ ਪਲੀਜ਼ ਸਾਨੂੰ ਜੇ ਤੁਸੀਂ ਮਾਇੰਡ ਨਾ ਕਰੋ। ਜਦੋਂ ਡੇਰੇ ਵਾਲੇ ਸਾਹਿਬ 'ਤੇ ਕੁਛ ਨੌਜਵਾਨਾਂ ਨੇ ਹਮਲਾ ਕੀਤਾ ਸੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ, ਮੈਂ ਉਦੋਂ ਦੀ ਗੱਲ ਕਰਦਾ। ਡੇਰੇ ਵਾਲਾ ਸਾਹਿਬ ਕਿਹੜੇ ਕਿਹੜੇ ਡੇਰੇ ਵਾਲੇ? ਇਹ ਵਾਲੇ? ਮੈਂ ਸਿਰਸੇ ਵਾਲੇ ਸਾਹਿਬ ਦੀ ਗੱਲ ਕਰ ਰਿਹਾ। ਸਿਰਸੇ ਵਾਲੇ ਸਾਹਿਬ ਦਾ ਤਾਂ ਮੈਂ ਕਦੀ ਵਕੀਲ ਨਹੀਂ ਰਿਹਾ, ਨਾ ਰਹਿ ਸਕਦਾ। ਰਾਧਾ ਇਸ ਤਾਂ ਸ਼ੁਰੂ ਤੋਂ ਹੀ ਉਸ ਕੇਸ ਨੂੰ, ਕੇਸ ਜਿੱਦਣ ਕੁੜੀ ਨੇ ਪਹਿਲੀ ਚਿੱਠੀ ਲਿਖੀ ਸੀ ਉਸ ਦਿਨ ਤੋਂ ਅਸੀਂ ਸਿਰਸੇ ਵਾਲੇ ਸਾਹਿਬ ਦੇ ਮਗਰ ਹੈ। ਅੱਛਾ ਜੀ। ਜਿੱਥੇ ਪਾਪ ਜ਼ਿਆਦਾ ਉੱਥੇ ਨਹੀਂ ਆਉਂਦੇ, ਉਹਨਾਂ ਸਭ ਨੂੰ ਪਤਾ। ਤੁਹਾਡੀ ਫੀਸ ਜ਼ਿਆਦਾ ਮਹਿ ਸਾਹਿਬ ਜੀ, ਜਾਂ ਤੁਹਾਡੇ ਅਸੂਲ ਜ਼ਿਆਦਾ ਤਕੜੇ ਨੇ? ਸਵਾਲ ਅਸੂਲ ਦੀ ਨਹੀਂ ਹੈ, ਜਿਹੜਾ ਦੁਸ਼ਟ ਹੁੰਦਾ ਨਾ ਉਹ ਦੁਸ਼ਟ ਬੰਦਾ ਲੱਭਦਾ, ਆਪਣੇ ਸੁਭਾਅ ਦਾ ਬੰਦਾ ਲੱਭਦਾ। ਜਿਹੜਾ ਪਾਪ ਕਰਦਾ ਉਹ ਪਾਪੀ ਵਰਗਾ ਵਕੀਲ ਲੱਭਦਾ, ਮੇਰੇ ਕੋਲ ਮੇਰੇ ਸੁਭਾਅ ਵਰਗੇ ਬੰਦੇ ਆਉਂਦੇ ਨੇ। ਅੱਛਾ ਅੱਛਾ ਜੀ, ਬਿਲਕੁਲ ਹੈ ਨਹੀਂ ਹੈ, ਤੁਸੀਂ ਪੁੱਛ ਚੁੱਕੇ ਹੋ 25 ਸਾਲ ਤੋਂ ਕਰ ਰਿਹਾ, ਇਹਦੇ ਚ ਕਈ ਕੇਸਾਂ ਚ ਫੀਸ ਦੀ ਗੱਲ ਹੀ ਨਹੀਂ ਹੁੰਦੀ। ਕੁਛ ਲੋਕ ਆਪਣੇ ਸਵਾਰਥ ਦੇ ਲਈ ਅਜਿਹੇ ਬੰਦੇ ਖੜੇ ਕਰਦੇ ਨੇ ਤੇ ਪੈਸੇ ਕਮਾਉਂਦੇ ਨੇ ਤੇ ਫਿਰ ਸਿੱਖ ਕੌਮ ਨੂੰ ਢਾ ਲਾਉਂਦੇ ਨੇ ਤੇ ਫਿਰ ਤੁਰ ਜਾਂਦੇ ਨੇ। ਹੁਣ ਅਸੀਂ ਤਾਂ ਤੁਹਾਡੇ ਕੋਲੋਂ ਬਹੁਤ ਦੂਰ ਬੈਠੇ ਹਾਂ, ਸਾਨੂੰ ਤਾਂ ਜੋ ਰਿਪੋਰਟਾਂ ਆਉਂਦੀਆਂ ਨੇ ਅਸੀਂ ਤਾਂ ਉਹੀ ਤੁਹਾਡੇ ਨਾਲ ਗੱਲ ਕਰ ਰਹੇ ਹਾਂ। ਬੈਂਸ ਸਾਹਿਬ, ਤੁਹਾਡਾ ਬਹੁਤ 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 ਦਿਲੋਂ ਸ਼ੁਕਰੀਆ ਇੱਥੇ ਪਹੁੰਚਣ ਦੇ ਲਈ। ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਹਾਡੇ ਨਾਲ ਗੱਲ ਕਰਦੇ ਰਹਾਂਗੇ ਜਦੋਂ ਸਾਨੂੰ ਮਿਲਾ ਤਾਂ ਪਤਾ ਲੱਗ ਜਾਂਦਾ ਜੀ, ਜਦੋਂ ਅਸੀਂ ਤੁਹਾਡੇ ਨਾਲ ਵਾਰ ਵਾਰ ਇਸ ਵਿਸ਼ੇ 'ਤੇ ਗੱਲ ਕਰਦੇ ਕਰਦੇ ਰਹਾਂਗੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਆਪਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਸੱਚ ਕਿਹੜਾ ਕਿੱਥੇ ਸੱਚ ਹੈ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਜੀ ਜੀ ਜੀ, ਬਿਲਕੁਲ ਜੀ, ਬਿਲਕੁਲ। ਕਹਿੰਦਾ ਕਿ ਜੇ ਅਸੀਂ ਦੋਨੋਂ ਵਰਸ਼ ਲਾ ਰਹੇ ਹੋ, ਉਹ ਦੋਨੋਂ ਵਰਸ਼ ਇੱਕ ਪਾਸੇ ਗਰੀਬ ਹੁੰਦਾ, ਇੱਕ ਪਾਸੇ ਅਮੀਰ ਹੁੰਦਾ। ਜੀ ਜੀ ਜੀ, ਤਗੜਾ ਹੁੰਦਾ, ਇੱਕ ਪਾਸੇ ਕਮਜ਼ੋਰ ਹੁੰਦਾ। ਕਮਜ਼ੋਰ ਅਮੀਰ ਦੇ ਹਮੇਸ਼ਾ ਹੀ ਖੀਰ ਲੈਂਦੇ ਵੱਡੇ ਵੱਡੇ ਟੀਵੀਆਂ ਨੂੰ ਹਮੇਸ਼ਾ, ਮਗਰ ਆਵਾਜ਼ ਦੀ ਦਰਦ ਤਾਂ ਜਿਹੜਾ ਸੁਣਦਾ ਝੱਟ ਪਤਾ ਲੱਗਦਾ। ਮੈਂ ਸਾਹਿਬ, ਤੁਸੀਂ ਸਾਡੇ ਬਾਰੇ ਕਦੇ ਵੀ ਪਤਾ ਕਰ ਸਕਦੇ ਹੋ, ਅਸੀਂ ਹਮੇਸ਼ਾ ਸੱਚ ਦੇ ਨਾਲ ਖੜੇ ਹਾਂ ਤੇ ਸੱਚ ਦੀ ਗੱਲ ਕਰਾਂਗੇ। ਕਿਹੜਾ ਸੱਚ ਬੋਲਿਆ ਤੇ ਕਿਹੜਾ ਝੂਠ ਬੋਲਦਾ। ਬਿਲਕੁਲ ਜੀ, ਬਿਲਕੁਲ। ਬੈਂਸ ਸਾਹਿਬ, ਸਾਡੇ ਅਗਲੇ ਪ੍ਰੋਗਰਾਮ ਦਾ ਟਾਈਮ ਹੋ ਰਿਹਾ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਣੀ ਚਾਹੁੰਦਾ ਕਿ ਕੀ ਅਸੀਂ ਇਸ ਪ੍ਰੋਗਰਾਮ ਨੂੰ ਸੰਗਤਾਂ ਦੀ ਕਚਹਿਰੀ ਵਿੱਚ ਰੱਖ ਸਕੀਏ।
ਰੱਖੋ ਰੱਖੋ, ਅਦਰਵਾਈਜ਼ ਹੁਣ ਅਸੀਂ 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 ਇਹਦੇ ਸਾਨੂੰ ਕੋਈ ਰੈਜ਼ਰਵੇਸ਼ਨ, ਤੁਸੀਂ ਰੱਖਣਾ ਚਾਹੋ ਰੱਖੋ, ਨਾ ਰੱਖੋ ਰੱਖੋ, ਅਸੀਂ ਤਾਂ ਜੋ ਨਹੀਂ, ਕਿਉਂਕਿ ਸਾਡਾ ਫਰਜ਼ ਆ ਤੁਹਾਨੂੰ ਆਜ਼ਾਦ 'ਚ ਲੈਣਾ, ਅਤੇ ਤੁਸੀਂ ਕਹਿ ਰਹੇ ਹਾਂ ਰੱਖੋ, ਅਸੀਂ ਇਸ ਪ੍ਰੋਗਰਾਮ ਨੂੰ ਹੂ ਬਹੂ ਇੱਦਾਂ ਹੀ ਸੰਗਤਾਂ ਦੀ ਕਚਹਿਰੀ ਵਿੱਚ ਰੱਖਣ ਤੋਂ ਬਾਅਦ ਉਹਨਾਂ ਦੇ ਵਿਚਾਰ ਪੁੱਛਾਂਗੇ, ਅਤੇ ਜੇ ਸਾਡੇ ਮਨ ਦੇ ਵਿੱਚ ਕੋਈ ਹੋਰ ਸਵਾਲ ਹੋਏ ਤੁਹਾਨੂੰ ਦੁਬਾਰਾ ਫਿਰ ਤੰਗ ਕਰਾਂਗੇ, ਅਤੇ ਦੁਬਾਰਾ ਫਿਰ ਤੁਹਾਡਾ ਸ਼ੋਅ 'ਤੇ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ। ਸੁਖਵਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਮੈਂ ਜਿਵੇਂ ਪਹਿਲਾਂ ਕਹਿ ਚੁੱਕਿਆ ਹਾਂ ਕਿ ਹਰ ਇੱਕ ਸਿੱਕੇ ਦੇ ਦੋ ਰੂਪ ਹੁੰਦੇ ਨੇ, ਜਿਵੇਂ ਦਿਨਾਂ ਅਤੇ ਉਵੇਂ ਰਾਤ ਵੀ ਆ। ਦੋਨਾਂ ਪੱਖਾਂ ਦੀਆਂ ਗੱਲਾਂ ਨੂੰ ਸੁਣਿਆ ਗਿਆ। ਅਸੀਂ ਤੁਹਾਡੇ ਸਾਹਮਣੇ ਉਹਨਾਂ ਦੁਆਰਾ ਭੇਜੀ ਗਈ ਕੱਲ੍ਹ ਜੋ ਸਪਸ਼ਟੀਕਰਨ ਸੀ, ਮੂਵੀ ਵੀ ਦਿਖਾਈ ਦਿੱਤੀ ਆ, ਕੱਲ੍ਹ ਦਿਖਾਈ ਆ, ਅੱਜ ਇਸ ਸ਼ੋਅ ਨੂੰ ਵੀ ਅਸੀਂ ਤੁਹਾਨੂੰ ਸ਼ਾਮੀ ਦਿਖਾਵਾਂਗੇ, ਤੁਹਾਡੇ ਸਾਹਮਣੇ ਕਚਹਿਰੀ 'ਚ ਪੇਸ਼ ਕੀਤਾ ਜਾਊਗਾ, ਅਤੇ ਉਸ ਤੋਂ ਬਾਅਦ ਤੁਹਾਡੇ ਵੀ ਵਿਊ ਲੈ ਜਾਣਗੇ। ਸੰਗਤ ਆਪ ਸਿਆਣੀ ਆ, ਤੁਹਾਨੂੰ ਆਪਣੇ ਆਪ ਨੂੰ ਪਤਾ ਕਿ ਸੱਚ ਕੀ ਆ, ਝੂਠ ਕੀ ਆ। ਮੀਡੀਏ ਦਾ ਇੱਕ ਫਰਜ਼ ਹੁੰਦਾ ਕਿ ਤੁਹਾਡੇ ਸਾਹਮਣੇ ਦੋਨੇ ਪਹਿਲੂ ਰੱਖਣ ਦਾ। ਅਸੀਂ ਅਜਿਹੀ ਕੋਈ ਵੀ ਗੱਲ ਨਹੀਂ ਕਰ ਰਹੇ ਕਿ ਅਸੀਂ ਇੱਕ ਦਾ ਪੱਖ ਰੱਖੀਏ ਜਾਂ ਦੂਜੇ ਦੀ ਸੁਣੀਏ। ਅਸੀਂ ਪਹਿਲਾਂ ਦੋਨਾਂ ਦੀਆਂ ਗੱਲਾਂ ਨੂੰ ਰਿਕਾਰਡਿੰਗਾਂ ਦੇ ਥਰੂ ਸੁਣੇ ਹਾਂ, ਜੋ ਕੁਛ ਸਾਡੇ ਕੋਲ ਆਇਆ ਅਸੀਂ ਉਹ ਤੁਹਾਡੇ ਸਾਹਮਣੇ ਰੱਖੇ ਆ, ਅਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨਾ ਵੀ ਸਾਨੂੰ ਹੋਰ ਮਟੀਰੀਅਲ ਜਾਂ ਕੋਈ ਸਾਨੂੰ ਉੱਥੇ ਦੀਆਂ ਰਿਪੋਰਟਸ ਵਗੈਰਾ ਮਿਲਦੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕਿਉਂ, ਜਦੋਂ ਕੋਈ ਵੀ ਸਿੱਖੀ ਦੇ ਵਿਰੁੱਧ ਗੱਲ ਕਰਦਾ, ਹਰ ਇੱਕ ਸਿੱਖ ਦਾ ਫਰਜ਼ ਬਣ ਜਾਂਦਾ ਕਿ ਅਸੀਂ ਉਹਦੀ ਸੱਚਾਈ ਤੱਕ ਜਾਈਏ। ਹੈਰਾਨਗੀ ਦੀ ਗੱਲ ਹੁੰਦੀ ਆ ਕਿ 100 ਸਿੰਘ ਉੱਥੇ ਰਹਿ ਰਹੇ ਨੇ, ਸ਼ਾਇਦ ਤੁਹਾਡੇ ਮਨ ਦੇ ਵਿੱਚ ਵੀ ਉਹੀ ਬਲਬਲੇ ਉੱਠੇ ਹੋਣ ਜੋ ਮੇਰੇ ਉੱਠ ਰਹੇ ਨੇ। ਉਹਨਾਂ ਦੇ ਵਿੱਚੋਂ ਇੱਕ ਸਿੰਘ ਜਿਹੜਾ ਕਿ ਕਾਫੀ ਟਾਈਮ ਉੱਥੇ ਰਿਹਾ, ਰਹਿਣ ਤੋਂ ਬਾਅਦ ਘਰ ਚਲੇ ਗਿਆ, ਘਰ ਚਲਣ ਤੋਂ ਬਾਅਦ ਉੱਥੇ ਪਹੁੰਚਿਆ, ਉੱਥੇ ਕੋਈ ਚੋਰੀ ਹੁੰਦੀ ਆ, ਅਤੇ ਉਸ ਤੋਂ ਬਾਅਦ ਉਹ ਫਿਰ ਚਲੇ ਜਾਂਦਾ, ਅਤੇ ਅੱਜ ਉਹ ਹੱਕ ਸੱਚ ਲਈ ਲੜ ਰਿਹਾ। ਪੁਲਿਸ ਉੱਥੇ ਦੀ ਪ੍ਰਸ਼ਾਸਨ ਇਹ ਕਹਿ ਰਿਹਾ ਕਿ 4 ਦਿਨ ਪਹਿਲਾਂ 4 ਜਾਂ 5 ਤਰੀਕ ਨੂੰ ਜਦੋਂ ਉਹਨੂੰ ਦੇਖਿਆ ਗਿਆ, ਉਹ ਬਿਲਕੁਲ ਸਾਬਤ ਸੂਰਤ ਸੀ, ਉਹਦੇ ਦਸਤਾਰ ਸਜਾਈ ਸੀ, ਆਪਣੇ ਭਰਾ ਦੇ ਨਾਲ ਉਹ ਬੱਸ ਵਿੱਚ ਜਾ ਰਿਹਾ ਸੀ, ਅਤੇ ਉਹਨੂੰ ਉਹ ਕਹਿ ਰਿਹਾ ਨੌਜਵਾਨ ਕਿ ਉਹਨੂੰ ਉਸ ਵੇਲੇ ਤਸ਼ੱਦਦ ਕੀਤਾ ਗਿਆ। 30 ਤਰੀਕ ਨੂੰ ਤਸ਼ੱਦਦ ਹੁੰਦਾ, ਅਤੇ ਉਸ ਤੋਂ ਬਾਅਦ 2 ਤਰੀਕ ਨੂੰ ਉਹ ਨੌਜਵਾਨ ਜਾਂ 3 ਤਰੀਕ ਨੂੰ, ਤੁਸੀਂ 4 ਤਰੀਕ ਨੂੰ ਕਹਿ ਲਓ ਕਿ ਉਹ ਨੌਜਵਾਨ ਉੱਠ ਕੇ ਆਪਣੇ ਆਪ ਪਟਿਆਲੇ ਜਾਂਦਾ। ਸੱਚਾਈ ਜਾਣਨ ਦੀ ਕੋਸ਼ਿਸ਼ ਕਰਦੇ ਰਹਾਂਗੇ। ਹਾਲੇ ਤੱਕ ਸਾਨੂੰ ਕੁਛ ਨਹੀਂ ਪਤਾ ਲੱਗ ਰਿਹਾ ਕਿ ਇਹ ਅਸੀਂ ਕੀ ਕਰ ਰਹੇ ਹਾਂ। ਜੋ ਤੱਕ ਸਾਹਮਣੇ ਆਏ ਨੇ, ਤੁਸੀਂ ਵੀ ਰਿਕਾਰਡਿੰਗ ਦੇ ਥਰੂ ਸੁਣੇ ਨੇ, ਉਹ ਨੌਜਵਾਨ ਦੀਆਂ ਗੱਲਾਂ ਸੁਣੀਆਂ ਨੇ, ਕੱਲ੍ਹ ਤੁਹਾਨੂੰ ਤੁਸੀਂ ਬਾਬਾ ਰਣਜੀਤ ਸਿੰਘ ਦੀ ਸੀਡੀ ਸੁਣੀ ਸੀ। ਸੱਚਾਈ ਜਾਣਨ ਦੇ ਲਈ ਆਪਾਂ ਅਜਿਹੇ ਹੋਰ ਪ੍ਰੋਗਰਾਮ ਲਿਆਉਂਦੇ ਰਹਾਂਗੇ। ਸਾਧ ਸੰਗਤ ਜੀ, ਤੁਸੀਂ ਆਪਣੇ ਵਿਚਾਰ ਸਾਨੂੰ info@pardeshtv ਤੇ ਭੇਜੋ, ਤਾਂ ਕਿ ਆਪਾਂ ਜੋ ਤੁਹਾਡੇ ਵਿਚਾਰ ਨੇ, ਤੁਹਾਡੇ ਵਿਊ ਨੇ, ਉਹਨਾਂ ਨੂੰ ਅੱਗੇ ਲਿਆ ਸਕੀਏ। ਇਸ ਸਿੱਖ ਕੌਮ ਦੇ ਜੋ ਝੱਖੜ ਵਾਰ ਵਾਰ ਝੁੱਲਦਾ ਆ ਰਿਹਾ, ਉਹਨੂੰ ਰੋਕ ਸਕੀਏ। ਅੰਮ੍ਰਿਤ ਸੰਚਾਰ ਵਰਗੀਆਂ ਜੋ ਸੰਸਥਾਵਾਂ ਅੰਮ੍ਰਿਤ ਸੰਚਾਰ ਕਰਵਾ ਰਹੀਆਂ ਨੇ, ਉਹਨਾਂ ਨੂੰ ਇਸ ਚੀਜ਼ ਨੂੰ ਕੰਟੀਨਿਊਸ ਕਰਦੇ ਰਹੀਏ, ਸੱਚ ਅਤੇ ਝੂਠ ਦਾ ਪਰਖ ਜਾਣ ਸਕੀਏ। ਸਾਧ ਸੰਗਤ ਜੀ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ।